ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੋ ਸਾਰੰਗ ਪਾਣੀ ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗਰੀਬ ਨਵਾਜ ਸੱਚੇ ਪਾਤਸ਼ਾਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾ ਰਹੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਜੀਓ ਰਸਨਾ ਨੂੰ ਕਰੋ ਪਵਿੱਤਰ ਦੋਵੇਂ ਹੱਥ ਜੋੜ ਕੇ ਸਿਰ ਨਵਾਓ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਸਿਰ ਨਵਾਉਣਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਨੂੰ ਜਿਉਂਦਿਆਂ ਵੀ ਜ਼ਰੂਰਤ ਹੈ ਅਤੇ ਗੁਰਮੁਖੋ ਜਦੋਂ ਅਸੀਂ ਸਰੀਰ ਤਿਆਗ ਦੇਣਾ ਹੈ ਉਦੋਂ ਵੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜ਼ਰੂਰਤ ਹੈ ਸਰੀਰ ਤਿਆਗਣ ਤੋਂ ਬਾਅਦ ਸਾਡੇ ਪਰਿਵਾਰ ਨੇ ਇਕੱਠੇ ਹੋ ਕੇ ਰਿਸ਼ਤੇਦਾਰਾਂ ਨੇ ਸਕੇ ਸੰਬੰਧੀਆਂ ਨੇ ਇਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਹੀ ਸਾਡੀ ਅਰਦਾਸ ਕਰਨੀ ਹੈ ਇਸ ਕਰਕੇ ਆਓ ਪਹਿਲਾਂ ਅਦਬ ਸਤਿਕਾਰ ਦੇ ਨਾਲ ਸਿਰ ਝੁਕਾਓ ਪਿਆਰ ਨਾਲ ਆਪਾਂ ਆਪਣੇ ਗੁਰੂ ਜੀ ਨੂੰ ਧੰਨ ਧੰਨ ਕਹਿਣਾ ਹੈ ਪਹਿਲਾਂ ਮੈਂ ਇਹ ਬੇਨਤੀ ਕਰ ਦੇਵਾਂ ਗੁਰੂ ਨੂੰ ਧੰਨ ਕਿਹਾ ਕੀ ਮਿਲਦਾ ਹੈ ਆਪਾਂ ਹਰ ਚੀਜ਼ ਵਿੱਚ ਫਾਇਦਾ ਲੱਭਦੇ ਹਾਂ ਕੋਈ ਵੀ ਕੰਮ ਅਸੀਂ ਕਰਦੇ ਹਾਂ ਉਹਦੇ ਵਿੱਚ ਫਾਇਦਾ ਕੀ ਹੈ ਲਾਭ ਕੀ ਹੈ ਜਿਹੜੇ ਸਿਆਣੇ ਨੇ
ਉਹ ਇਹ ਵੀ ਵਿਚਾਰ ਕਰਦੇ ਵੀ ਗੁਰਦੁਆਰੇ ਆਏ ਹਾਂ, ਗੁਰੂ ਜੀ ਦੇ ਚਰਨਾਂ ਵਿੱਚ ਆਏ ਹਾਂ, ਇਹਦਾ ਫਾਇਦਾ ਕੀ ਹੈ, ਇਹਦਾ ਲਾਭ ਕੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨੂੰ ਧੰਨ ਕਹਿਣ ਦਾ ਲਾਭ ਕੀ ਹੈ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਇੱਕ ਪੰਕਤੀ ਹੈ, ਆਪ ਗੁਰਸਿੱਖ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮਹਾਰਾਜ ਕਹਿੰਦੇ ਸਭ ਧੰਨ ਕਹੋ, ਸਭ ਧੰਨ ਕਹੋ, ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਜਿਹੜਾ ਬੱਚਾ ਰੋਂਦਾ ਹੈ ਉਹਨੂੰ ਬਾਹਰ ਲੈ ਜਾਓ। ਕੋਈ ਵੀ ਵਿਅਕਤੀ ਇਹ ਨਹੀਂ ਚਾਹੇਗਾ ਕਿ ਮੇਰੀ ਬੇਇੱਜ਼ਤੀ ਹੋਵੇ ਜੀ। ਆਪਾਂ ਜਿੰਨੇ ਬੈਠੇ ਹਾਂ, ਇਕੱਲੇ ਬੈਠੇ ਨਹੀਂ, ਦੁਨੀਆਂ ਦਾ ਕੋਈ ਵੀ ਬੰਦਾ ਇਹ ਨਹੀਂ ਚਾਹੇਗਾ ਵੀ ਮੇਰੀ ਬੇਇੱਜ਼ਤੀ ਹੋਵੇ। ਹਰ ਬੰਦਾ ਚਾਹੁੰਦਾ ਹੈ ਮੇਰੀ ਇੱਜ਼ਤ ਹੋਵੇ, ਮੇਰਾ ਸਤਿਕਾਰ ਹੋਵੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਸਿੱਖਾ, ਗਲਤੀਆਂ ਮਨੁੱਖ ਕੋਲੋਂ ਹੋ ਜਾਂਦੀਆਂ ਨੇ, ਕੋਈ ਬੰਦਾ ਪੂਰਾ ਨਹੀਂ ਹੈ ਸੰਸਾਰ 'ਤੇ। ਹਾਂ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠੇ ਹੋ ਨਾ, ਇਹ ਜ਼ਰੂਰ ਪੂਰੇ ਨੇ। ਜਾਂ ਬਾਬਾ ਦੀਪ ਸਿੰਘ ਜੀ ਦਾ ਹੁਣੇ ਗੁਰਮੁਖਾਂ ਨੇ ਨਾਮ ਲਿਆ, ਉਹੋ ਜੇ ਗੁਰਸਿੱਖ ਪੂਰੇ ਹੈ, ਆਠ ਪਹਿਰ ਪ੍ਰਭ ਬਸਖੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਉਹ ਗੁਰਸਿੱਖ ਪੂਰੇ ਨੇ, ਬਾਕੀ ਜਿੰਨੇ ਮਨੁੱਖ ਨੇ ਅਸੀਂ ਹਾਂ, ਸਾਡੇ ਕੋਲੋਂ ਗਲਤੀਆਂ ਹੁੰਦੀਆਂ ਨੇ ਗੁਰਮੁਖੋ, ਪਰ ਜੇ ਉਹ ਗਲਤੀਆਂ ਜੱਗ ਜ਼ਾਹਰ ਹੋ ਜਾਣ, ਬੰਦੇ ਦੀ ਇੱਜ਼ਤ ਨਹੀਂ ਚ ਰਹਿੰਦੀ। ਹਰ ਬੰਦਾ ਚਾਹੁੰਦਾ ਜਿਹੜੀ ਮੇਰੀ ਗਲਤੀ ਹੋ ਗਈ ਆ ਮੇਰੇ ਕੋਲੋਂ, ਉਹਦੇ 'ਤੇ ਪਰਦਾ ਪੈ ਜਾਵੇ, ਉਹ ਜੱਗ ਜ਼ਾਹਰ ਨਾ ਹੋਵੇ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਪਿਆਰਿਓ, ਤੁਹਾਡੀਆਂ ਗਲਤੀਆਂ ਉੱਤੇ ਪਰਦੇ ਪੈ ਜਾਣਗੇ, ਪਰਮੇਸ਼ਰ ਪਰਦਾ ਕੱਜ ਲਏਗਾ, ਤੁਹਾਡੀ ਇੱਜ਼ਤ ਬਣੀ ਰਹੇਗੀ। ਪਰ ਕਰਨਾ ਕੀ ਹੈ, ਸਾਰੇ ਇਕੱਠੇ ਹੋ ਕੇ ਆਪਣੇ ਗੁਰੂ ਨੂੰ ਧੰਨ ਧੰਨ ਕਿਹਾ ਕਰੋ ਜੀ। ਸਭ ਧੰਨ ਕਹੋ, ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਗੁਰੂ ਨੂੰ ਧੰਨ ਕਿਹਾ ਕਰੋ। ਫਿਰ ਇਹ ਨਹੀਂ ਇੱਕ ਜਣੇ ਵਾਸਤੇ ਕਿਹਾ, ਸਾਰਿਆਂ ਵਾਸਤੇ ਕਿਹਾ, ਸਾਰੇ ਇਕੱਠੇ ਹੋ ਕੇ ਗੁਰੂ ਨੂੰ ਧੰਨ ਧੰਨ ਕਿਹਾ ਕਰੋ। ਆਓ ਜਿੰਨੇ ਬੈਠੇ ਹੋ, ਅਦਬ ਸਤਿਕਾਰ ਦੇ ਨਾਲ ਸਿਰ ਝੁਕਾਓ, ਹੱਥ ਜੋੜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਅੱਗੇ ਹੱਥ ਜੋੜਨੇ, ਗੁਰੂ ਨੂੰ ਸਿਰ ਝੁਕਾਉਣਾ ਤੇ ਗੁਰੂ ਨੂੰ ਧੰਨ ਧੰਨ ਕਹਿਣਾ, ਇਹਦਾ ਲਾਭ ਮਹਾਰਾਜ ਬਾਣੀ ਵਿੱਚ ਕਹਿੰਦੇ, ਕਰ ਅੰਜੁਲੀ ਪੁੰਨ ਵੱਡਾ ਹੈ,
ਕਰ ਡੰਡੌਤ ਪੁੰਨ ਵੱਡਾ ਹੈ। ਅੰਜਲੀ ਹੁੰਦਾ ਹੱਥ ਜੋੜਨੇ, ਸਤਿਗੁਰੂ ਦੇ ਅੱਗੇ ਹੱਥ ਜੋੜਨੇ ਵੱਡਾ ਪੁੰਨ ਹੈ। ਅਤੇ ਡੰਡੌਤ ਕਰਨੀ, ਆਹ ਬੱਚੇ ਨੇ ਹੁਣੇ ਮੱਥਾ ਟੇਕਿਆ, ਅਸੀਂ ਵੀ ਇੰਝ ਹੀ ਟੇਕਿਆ। ਸਾਡੇ ਸਰੀਰ ਦੇ 8 ਅੰਗ ਧਰਤੀ 'ਤੇ ਲੱਗਦੇ ਜਦੋਂ ਅਸੀਂ ਮੱਥਾ ਟੇਕਦੇ ਹਾਂ। ਇਹਨੂੰ ਕਹਿੰਦੇ ਅਸ਼ਟਾਂਗ ਕਰਨੀ। 8 ਅੰਗ ਲੱਗਦੇ ਆ, ਪੈਰਾਂ ਦੀਆਂ ਤਲੀਆਂ, ਉਂਗਲੀਆਂ, ਅੰਗੂਠੇ, ਸਾਡੇ ਹੱਥ, ਨੱਕ, ਮੱਥਾ, ਗੋਡੇ, ਇਹ ਕੁੱਲ 8 ਬਣਦੇ ਆ। ਇਹਨੂੰ ਕਹਿੰਦੇ ਅਸ਼ਟਾਂਗ ਕਰਨੀ। ਪਰ ਇੱਕ ਉਹ ਵੀ ਪਿਆਰੇ ਆ ਗੁਰਮੁਖੋ ਜਿਹੜੇ ਅੱਗੇ ਡੰਡੌਤ ਕਰਦੇ ਆ। ਡੰਡੌਤ ਕਰਨਾ ਕੀ ਹੁੰਦਾ? ਡੰਡੇ ਵਾਂਗੂ ਸਿੱਧੇ ਲੰਮੇ ਪੈ ਕੇ ਮੱਥਾ ਟੇਕਣਾ। ਵੈਸੇ ਤੁਸੀਂ ਗੁਰਸਿੱਖ ਬੈਠੇ ਹੋ ਸਕਦਾ ਤੁਹਾਡੇ ਵਿੱਚੋਂ ਕਿਸੇ ਦੇ ਕਿਸੇ ਦਿਨ ਭਾਗ ਜਾਗੇ ਹੋਣ, ਮਨ ਵਿੱਚ ਇੰਨਾ ਬਲਬਲਾ ਪੈਦਾ ਹੋਇਆ ਹੋਵੇ ਕਿ ਮਨਾ ਅੱਜ ਮੈਂ ਆਪਣੇ ਗੁਰੂ ਨੂੰ ਡੰਡੌਤ ਕਰਨੀ ਹੈ। ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ, ਪੁੰਨ ਲੱਗਦਾ। ਮੈਂ ਤਾਂ ਇਹ ਬੇਨਤੀ ਕੀਤੀ, ਮੈਂ ਆਪ ਜੀ ਨੂੰ ਹੱਥ ਜੋੜਨ ਵਾਸਤੇ ਕਿਹਾ, ਆਪ ਜੀ ਨੂੰ ਸਿਰ ਨਵਾਉਣ ਵਾਸਤੇ ਕਿਹਾ, ਅਤੇ ਗੁਰਮੁਖੋ ਆਪ ਜੀ ਨੂੰ ਮੁੱਖੋਂ ਧੰਨ ਧੰਨ ਕਹਿਣ ਲਈ ਕਿਹਾ। ਇਹਦਾ ਫਾਇਦਾ ਹੈ। ਆਓ ਅੱਜ ਦੇ ਵਿਸ਼ੇ ਬਾਰੇ ਗੱਲ ਕਰਨੀ ਹੈ। ਪਹਿਲਾਂ ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦਾ ਅੱਜ ਸਾਰੇ ਸੰਸਾਰ ਦੇ ਵਿੱਚ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ। ਗੁਰਸਿੱਖ ਵੀ ਇਹ ਗੁਰਪੁਰਬ ਮਨਾ ਰਹੇ ਹੈ, ਭਾਵਨਾ ਵਾਲੇ ਹਿੰਦੂ ਵੀਰ ਵੀ ਇਹ ਗੁਰਪੁਰਬ ਮਨਾ ਰਹੇ ਹੈ। ਇਹ ਗੁਰਪੁਰਬ ਕੀ ਹੈ? ਸੰਖੇਪ ਵਿੱਚ ਤੁਹਾਨੂੰ ਹੁਣੇ ਗੁਰਮੁਖਾਂ ਨੇ ਅਨਾਊਂਸਮੈਂਟ ਕਰਦਿਆਂ ਸਰਵਣ ਕਰਵਾਇਆ ਹੈ। ਥੋੜ੍ਹਾ ਜਿਹਾ ਮੈਂ ਮੁੱਢ 'ਚੋਂ ਬੇਨਤੀ ਕਰਾਂਗਾ, ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ। ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਧਰਤੀ ਉੱਤੇ ਆਏ, ਪਰ ਸਤਿਗੁਰੂ ਜੀ ਨੂੰ ਆਉਣ, ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਨੇ ਡੋਲਦੀ ਹੋਏ ਨਹੀਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ। ਭਾਈ ਗੁਰਦਾਸ ਜੀ ਲਿਖਦੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਇਸ ਦੁਨੀਆਂ ਉੱਤੇ ਆਏ ਜੀ। ਬਹੁਤ ਬੁਰਾ ਹਾਲ ਸੀ ਉਸ ਸਮੇਂ ਧਰਤੀ ਦਾ, ਡੋਲਦੀ ਹੋਈ, ਕੰਬਦੀ ਹੋਈ ਧਰਤੀ ਨੂੰ ਗੁਰੂ ਨਾਨਕ ਸਾਹਿਬ ਸਤਿਗੁਰਾਂ ਨੇ ਆਸਰਾ ਦਿੱਤਾ। ਪਰ ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਨਾ, ਜਨਮ ਸਾਖੀ ਵਿੱਚ ਇੱਕ ਬੋਲ ਲਿਖਿਆ ਭਾਈ ਬਾਲੇ ਵਾਲੀ, ਕਹਿੰਦੇ ਇੱਕ ਆਵਾਜ਼ ਵੀ ਨਾਲ ਆਈ ਸੀ, ਧੰਨ ਨਿਰੰਕਾਰ। ਮਹਾਰਾਜ ਦਾ ਆਗਮਨ ਹੋਇਆ, ਛੋਟੀ ਉਮਰ ਹੀ ਗੁਰੂ ਨਾਨਕ ਸਾਹਿਬ ਸਤਿਗੁਰਾਂ ਨੇ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਜੀ। ਕਿਉਂ? ਗੁਰਮੁਖੋ, ਬਾਣੀ ਤੋਂ ਬਗੈਰ ਅੰਦਰ ਨੂੰ ਸ਼ਾਂਤੀ ਨਹੀਂ ਚ ਹੈਗੀ।
ਮੈਂ ਇੱਕ ਨਿੱਕੀ ਜਿਹੀ ਉਦਾਹਰਣ ਦੇ ਦਿੰਦਾ। ਤੁਹਾਡਾ ਮਨ ਕਿਸੇ ਗੱਲ ਤੋਂ ਕਲਪਿਆ ਹੋਵੇ, ਟੈਨਸ਼ਨ 'ਚ ਹੋਵੇ, ਕਿਸੇ ਰਾਗੀ ਸਿੰਘ ਨੂੰ ਜਿਹੜਾ ਸ਼ਬਦ ਤੁਹਾਨੂੰ ਚੰਗਾ ਲੱਗਦਾ, ਗੁਰਬਾਣੀ ਦਾ ਉਹ ਸ਼ਬਦ ਲਾ ਕੇ ਸੁਣਨ ਲੱਗ ਪਓ, ਤੁਹਾਡਾ ਮਨ ਸ਼ਾਂਤ ਹੋਣ ਲੱਗ ਪਏਗਾ ਜੀ। ਗੁਰਬਾਣੀ ਤਪਦੇ ਹਿਰਦਿਆਂ ਨੂੰ ਠਾਰਦੀ ਹੈ ਪਿਆਰਿਓ, ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ, ਦੁਨੀਆਂ ਦੇ ਭਲੇ ਵਾਸਤੇ ਮੇਰੇ ਸਤਿਗੁਰੂ ਜੀ ਨੇ ਬਾਣੀ ਆਪਣੀ ਰਸਨਾ ਤੋਂ ਉਚਾਰਨ ਕੀਤੀ ਸੀ। ਇਹ ਬਾਣੀ ਕਿਹੜੇ ਕਿਹੜੇ ਸਮੇਂ ਗੁਰੂ ਨਾਨਕ ਸਾਹਿਬ ਉਚਾਰਦੇ ਸਨ, ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ। ਜਦੋਂ ਮਹਾਰਾਜ ਸਤਿਗੁਰੂ ਆਪਣੇ ਆਪੇ ਵਿੱਚ ਜੁੜਦੇ ਨਾ, ਗੁਰੂ ਨਾਨਕ ਸਾਹਿਬ ਦਾ ਧਿਆਨ ਲੱਗਦਾ, ਸਮਾਧੀ ਲੱਗਦੀ, ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਜੀ ਨੂੰ ਕਹਿਣਾ, ਮਰਦਾਨਿਆ ਤਾਰ ਛੇੜ, ਬਾਣੀ ਆਈ ਹੈ। ਤੇ ਮਰਦਾਨਾ ਜੀ ਨੇ ਤਾਰ ਛੇੜਨੀ, ਗੁਰੂ ਨਾਨਕ ਸਾਹਿਬ ਨੇ ਕੀਰਤਨ ਕਰਨਾ। ਸਾਡਾ ਇਤਿਹਾਸ ਹੈ, ਇੱਕ ਇੱਕ ਸ਼ਬਦ ਦਾ ਕੀਰਤਨ ਕਰਕੇ ਅੱਠ ਅੱਠ ਪਹਿਰ ਮੇਰੇ ਸਤਿਗੁਰੂ ਜੀ ਨੇਤਰ ਨਹੀਂ ਸੀ ਖੋਲਦੇ, ਬਾਣੀ ਦਾ ਰਸ ਇੰਨਾ ਜ਼ਿਆਦਾ ਆਉਂਦਾ ਸੀਗਾ ਜੀ। ਮਰਦਾਨਿਆ ਤਾਰ ਛੇੜ, ਬਾਣੀ ਆਈ ਹੈ। ਕਰਤੇ ਪੁਰਖ ਦੀ ਸਿਫਤ ਵਿੱਚ ਸਤਿਗੁਰਾਂ ਨੇ ਬਾਣੀ ਉਚਾਰੀ ਦੀ, ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ। ਕਰਤੇ ਪੁਰਖ ਦੀ ਸਿਫਤ ਵਿੱਚ ਬਾਣੀ ਉਚਾਰੀ ਮੇਰੇ ਸਤਿਗੁਰਾਂ ਨੇ। ਫਿਰ ਇਹਦੇ ਤੋਂ ਬਾਅਦ ਜਦੋਂ ਕੋਈ ਜਿਗਿਆਸੂ ਆਉਂਦਾ ਨਾ, ਉਹਨੇ ਕੋਈ ਪ੍ਰਸ਼ਨ ਕਰਨਾ, ਉਹਦੇ ਪ੍ਰਸ਼ਨ ਦੇ ਜਵਾਬ ਵਿੱਚ ਵੀ ਸਤਿਗੁਰੂ ਆਪਣੀ ਰਸਨਾ ਤੋਂ ਬਾਣੀ ਉਚਾਰਦੇ ਗੁਰਮੁਖੋ। ਜਿਵੇਂ ਸਿੱਧ ਗੋਸ਼ਟ ਹੈ, ਸਿੱਧਾਂ ਨੇ ਸਵਾਲ ਕੀਤੇ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਦਾ ਜਵਾਬ ਦਿੱਤਾ ਜੀ। ਇੱਕ ਸਵਾਲ ਹਰ ਇੱਕ ਸਿੱਖ ਨੂੰ ਯਾਦ ਹੈ ਵੀ ਸਿੱਧਾਂ ਨੇ ਕਿਹਾ ਸੀ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਸਵਾਲ ਕੀਤਾ। ਉਹਨਾਂ ਨੂੰ ਜਵਾਬ ਦੇਣ ਵਾਸਤੇ ਸਤਿਗੁਰੂ ਜੀ ਦੀ ਰਸਨਾ ਤੇ ਬਾਣੀ ਆਈ ਜੀ। ਮਹਾਰਾਜ ਨੇ ਕਿਹਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰੂ ਜੀ ਨੇ ਇਹ ਉੱਤਰ ਦਿੱਤਾ ਜੀ। ਤੀਜਾ ਬਾਣੀ ਆਉਣ ਦਾ ਇੱਕ ਕਾਰਨ ਹੋਰ ਹੈ। ਜਦੋਂ ਮੇਰੇ ਸਤਿਗੁਰਾਂ ਨੇ ਕਿਹਾ ਦੁਖੀ ਨੂੰ ਵੇਖਣਾ ਨਾ, ਦੁਖੀ ਨੂੰ ਵੇਖ ਕੇ ਉਹਦਾ ਦੁੱਖ ਕੱਟਣ ਵਾਸਤੇ ਵੀ ਮੇਰੇ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ ਜੀ। ਦੀਪਾਲਪੁਰ ਦਾ ਕੌੜੀ ਹੈ, ਉਹਦੇ ਘਰਦਿਆਂ ਨੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜੀ। ਪਿੰਡ ਦੇ ਬਾਹਰ ਝੁੱਗੀ 'ਚ ਰਹਿੰਦਾ, ਬੜਾ ਬੁਰਾ ਹਾਲ ਹੈ, ਸਰੀਰ 'ਤੇ ਕੱਪੜੇ ਨਹੀਂ ਪਾ ਸਕਦਾ, ਜ਼ਖਮ ਇੰਨੇ ਹੋਏ ਆ ਅਤੇ ਉਹਨਾਂ ਜ਼ਖਮਾਂ ਦੇ ਉੱਤੇ ਮੱਖੀਆਂ ਬਹਿੰਦੀਆਂ, ਚਿਹਰਾ ਵੀ ਕੋੜ ਨਾਲ ਭਰਿਆ, ਸਰੀਰ ਕੋੜ ਨਾਲ ਭਰਿਆ। ਉਸ ਜ਼ਮਾਨੇ ਵਿੱਚ ਜਿਹੜਾ ਕੋੜ ਸੀ ਉਹ ਲਾ ਇਲਾਜ ਬਿਮਾਰੀ ਸੀ। ਗੁਰੂ ਨਾਨਕ ਸਾਹਿਬ ਦੇ ਚਰਨ ਕੋੜੀ ਦੀ ਝੁੱਗੀ ਵੱਲ ਗਏ। ਭਾਈ ਮਰਦਾਨਾ ਜੀ ਨੇ ਜਦੋਂ ਕੋੜੀ ਨੂੰ ਦੇਖਿਆ ਨਾ, ਤੇ ਗੁਰਮੁਖੋ ਮਰਦਾਨਾ ਜੀ ਨੇ ਮੁੱਖ ਫੇਰ ਲਿਆ,
ਮੂੰਹ ਪਛਾਂ ਦੂਜੇ ਬੰਨੇ ਕੀਤਾ। ਸਤਿਗੁਰੂ ਕਹਿੰਦੇ ਮਰਦਾਨਿਆਂ, ਵਾਹਿਗੁਰੂ ਦੇ ਬਣਾਏ ਜੀਆਂ ਨੂੰ ਵੇਖ ਕੇ ਮੁੱਖ ਨਹੀਂ ਫੇਰੀਦਾ। ਅੱਗੇ ਹੋ, ਅੱਗੇ ਹੋਏ, ਉਹਦੇ ਕੋਲ ਬੈਠ ਗਏ ਤੇ ਮੇਰੇ ਸਤਿਗੁਰਾਂ ਨੇ ਮਰਦਾਨਾ ਜੀ ਨੂੰ ਕਿਹਾ, ਮਰਦਾਨਿਆਂ ਤਾਰ ਛੇੜ, ਬਾਣੀ ਆਈ ਹੈ, ਸ਼ਬਦ ਪੜ੍ਹ ਕੇ ਇਹਦਾ ਦੁੱਖ ਕੱਟ ਦੀਏ। ਗੁਰਮੁਖੋ ਤਾਰ ਛੇੜੀ, ਬਾਣੀ ਉਚਾਰੀ, ਧਨਾਸਰੀ ਰਾਗ ਦਾ ਸ਼ਬਦ ਹੈ, ਸ਼ਬਦ ਸਾਰਿਆਂ ਨੂੰ ਲਗਭਗ ਯਾਦ ਹੈ। ਸਤਿਗੁਰੂ ਕਹਿੰਦੇ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ, ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਸਤਿਗੁਰਾਂ ਨੇ ਬਾਣੀ ਦਾ ਕੀਰਤਨ ਕੀਤਾ। ਤੁਸੀਂ ਅੰਦਾਜ਼ਾ ਲਾਓ ਗੁਰਮੁਖੋ, ਜਦੋਂ ਗੁਰੂ ਨਾਨਕ ਸਾਹਿਬ ਆਪ ਆਪਣੀ ਰਸਨਾ ਤੋਂ ਕੀਰਤਨ ਕਰਦੇ ਆ, ਮਾਹੌਲ ਕਿਹੋ ਜਿਹਾ ਬਣਦਾ ਹੋਏਗਾ। ਗੁਰਮੁਖੋ, ਇੱਕ ਰਾਤ ਉਹਦੇ ਘਰ ਰਹੇ, ਝੁੱਗੀ ਵਿੱਚ ਰਹੇ, ਰਾਤ ਸ਼ਬਦ ਪੜ੍ਹਦੇ ਰਹੇ ਆਨੰਦ ਵਿੱਚ। ਜਦੋਂ ਉਹਦੀ ਝੁੱਗੀ ਵਿੱਚ ਗਏ, ਚਰਨ ਪਾਏ, ਸ਼ਬਦ ਸ਼ੁਰੂ ਕੀਤਾ, ਉਦੋਂ ਉਹ ਕੋਹੜੀ ਸੀ, ਪਰ ਜਦੋਂ ਨੂੰ ਸ਼ਬਦ ਸੰਪੂਰਨ ਕੀਤਾ ਉਹਦਾ ਸਾਰਾ ਕੋੜ ਠੀਕ ਹੋ ਚੁੱਕਾ ਸੀਗਾ ਜੀ। ਬਾਣੀ ਨੇ ਦੁੱਖ ਕੱਟ ਦਿੱਤਾ ਗੁਰਮੁਖੋ। ਦੁਖੀਆਂ ਦੇ ਦੁੱਖ ਕੱਟਣ ਵਾਸਤੇ ਮੇਰੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਤੇ ਮੈਂ ਬੇਨਤੀ ਕਰਾਂ, ਅੱਜ ਵੀ ਕੋਈ ਦੁਖੀ ਬੰਦਾ, ਅੱਤ ਦਾ ਦੁਖੀ ਬੰਦਾ, ਉਹ ਭਾਵਨਾ ਦੇ ਨਾਲ ਬਾਣੀ ਸੁਣੇ ਨਾ, ਬਾਣੀ ਵਿੱਚ ਅੱਜ ਵੀ ਉਹ ਤਾਕਤ ਹੈ, ਬਾਣੀ ਅੱਜ ਵੀ ਦੁੱਖ ਕੱਟ ਦਿੰਦੀ ਜੀ। ਰੋਜ਼ ਪੰਗਤੀਆਂ ਪੜ੍ਹਦੇ ਹੋ ਤੁਸੀਂ, ਉਹਨਾਂ ਪੰਗਤੀਆਂ ਗੁਰੂ ਅਮਰਦਾਸ ਜੀ ਦੀ ਉਹ ਪੰਗਤੀ ਹੈ, ਦੁੱਖ ਰੋਗ ਸੰਤਾਪ ਉਤਰੇ, ਇਹ ਪੰਗਤੀ ਤਾਂ ਆਮ ਹੀ ਆਉਂਦੀ ਸਾਰਿਆਂ ਨੂੰ, ਨਾਲ ਬੋਲਿਆ ਕਰੋ। ਬਾਣੀ ਬੋਲਣ ਦੇ ਨਾਲ ਰਸਨਾ ਪਵਿੱਤਰ ਹੁੰਦੀ ਹੈ ਗੁਰਮੁਖੋ। ਦੁੱਖ ਰੋਗ ਸੰਤਾਪ ਉਤਰੇ ਕਦੋਂ ਜੀ? ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ, ਸੁਣੇ ਸੁਣੇ ਸੱਚੀ ਬਾਣੀ, ਸੁਣੀ ਸੱਚੀ ਬਾਣੀ। ਹੁਣ ਤੁਸੀਂ ਆਪ ਪੜ੍ਹਨ ਦਏ ਹੋ ਵੀ ਸੁਣੀ ਸੱਚੀ ਬਾਣੀ, ਗੁਰੂ ਦੀ ਸੱਚੀ ਬਾਣੀ ਸੁਣਨ ਨਾਲ। ਸੁਣੀ ਦਾ ਕਿਵੇਂ ਗੁਰਮੁਖੋ? ਸੁਣੀ ਦਾ ਕੰਨਾਂ ਨਾਲ, ਜਦੋਂ ਪਿਆਰ ਨਾਲ ਬੈਠ ਕੇ ਕੋਈ ਗੁਰੂ ਦੀ ਬਾਣੀ ਸੁਣੇ
ਕੱਲਾ ਉਦੋਂ ਹੀ ਕੋੜੀ ਦਾ ਰੋਗ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਰਾਜੀ ਕੀਤਾ, ਮੇਰੇ ਸਤਿਗੁਰੂ ਦੀ ਬਾਣੀ ਅੱਜ ਵੀ ਕੋੜੀਆਂ ਦੇ ਕੋੜ ਠੀਕ ਕਰ ਦਿੰਦੀ ਜੀ। ਮਸਕੀਨ ਜੀ ਦੇ ਨਾਲ ਵਾਸੂ ਭਾਰਦਵਾਜ, ਉਹਨੇ ਮੰਜੀ ਸਾਹਿਬ ਇੰਟਰਵਿਊ ਦਿੱਤੀ ਸੀ ਆਪਣੀ, ਉਹਨੇ ਦੱਸਿਆ ਵੀ ਮੈਨੂੰ ਲਾ ਇਲਾਜ ਰੋਗ ਬਿਮਾਰੀ ਸੀ। ਮੇਰੇ ਦੋਸਤ ਨੇ ਕਿਹਾ ਸੀ ਹੋਰ ਤਾਂ ਇਲਾਜ ਬੜੇ ਕਰਾਏ ਆ, ਚੱਲ ਆ ਦਰਬਾਰ ਸਾਹਿਬ ਚੱਲੀਏ। ਉਹ ਹਰਿਮੰਦਰ ਸਾਹਿਬ ਆਇਆ ਜਿੱਥੇ ਹੁਕਮਨਾਮਾ ਪੜ੍ਹਦੇ ਹੋ ਨਾ ਝੰਡੇ ਬੁੰਗੇ, ਉੱਥੇ ਅਖੰਡ ਪਾਠ ਸਾਹਿਬ ਕਰਾਇਆ ਜੀ। ਬਿਲਕੁਲ ਉੱਠ ਨਹੀਂ ਸੀ ਸਕਦਾ, ਲਾਗੇ ਲੰਮੇ ਪਿਆ ਜੀ। ਸੁਖਮਨੀ ਸਾਹਿਬ ਦੇ ਪਾਠ 'ਤੇ ਅਖੰਡ ਪਾਠ ਸਾਹਿਬ ਆ ਗਿਆ। ਉਹਨੂੰ ਇਉਂ ਮਹਿਸੂਸ ਹੋਇਆ ਧਿਆਨ ਨਾਲ ਬਾਣੀ ਸੁਣ ਰਿਹਾ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋਤ ਨਿਕਲੀ ਜੀ। ਮੰਜੀ ਸਾਹਿਬ ਉਹਨੇ ਲਾਈਵ ਬੋਲਿਆ ਸੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਜੋਤ ਨਿਕਲੀ। ਉਹ ਜੋਤ ਨਿਕਲੀ ਗੁਰਮੁਖੋ ਦੇ ਅੰਦਰ ਪ੍ਰਵੇਸ਼ ਹੋਈ। ਉਹ ਕਹਿੰਦਾ ਲਾਈਟ ਨਿਕਲੀ, ਇੱਕ ਲਾਈਟ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਾਈਟ ਨਿਕਲੀ ਉਹਦੇ ਉੱਪਰ ਪਈ ਹੈ। ਉਹ ਰਾਜੀ ਖੁਸ਼ੀ ਹੋ ਗਿਆ, ਉੱਠ ਕੇ ਬੈਠ ਗਿਆ, ਖਾਣ ਨੂੰ ਮੰਗਿਆ। ਗੁਰਮੁਖੋ ਜਿਹਨੂੰ ਲੰਮੇ ਪਾ ਕੇ ਸਟਰੈਕਚਰ 'ਤੇ ਲੈ ਕੇ ਆਏ ਸੀ, ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਉਹਨੇ ਤੁਰ ਕੇ ਪਰਿਕਰਮਾ ਕੀਤੀ ਜੀ, ਤੁਰ ਕੇ ਪਰਿਕਰਮਾ ਕੀਤੀ। ਉਹਦਾ ਦੁੱਖ ਕਿਵੇਂ ਠੀਕ ਹੋ ਗਿਆ? ਉਹਦਾ ਦੁੱਖ ਉਵੇਂ ਹੀ ਠੀਕ ਹੋ ਗਿਆ ਜਿਵੇਂ ਦੀਪਾਲਪੁਰ ਦੇ ਕੋੜੀ ਦਾ ਕੋੜ ਠੀਕ ਹੋ ਗਿਆ ਸੀ ਬਾਬੇ ਨਾਨਕ ਦੇ ਮੁੱਖੋਂ ਬਾਣੀ ਸੁਣ ਕੇ ਜੀ। ਇਸ ਕਰਕੇ ਜਦੋਂ ਕਿਸੇ ਦੁਖੀ ਦਾ ਦੁੱਖ ਦੂਰ ਕਰਨਾ ਹੁੰਦਾ ਸੀ ਨਾ, ਉਦੋਂ ਵੀ ਮੇਰੇ ਸਤਿਗੁਰੂ ਜੀ ਰੱਬੀ ਬਾਣੀ ਨੂੰ ਉਚਾਰਦੇ ਸਨ। ਬਾਣੀ ਗੁਰੂ ਅੰਗਦ ਦੇਵ ਸਾਹਿਬ ਸਤਿਗੁਰਾਂ ਨੇ ਵੀ ਉਚਾਰੀ, ਬਾਣੀ ਗੁਰੂ ਅਮਰਦਾਸ ਜੀ ਨੇ ਵੀ ਉਚਾਰੀ। ਜਦੋਂ ਗੁਰੂ ਅਮਰਦਾਸ ਜੀ ਦਾ ਵੇਲਾ ਆਇਆ, ਗੁਰੂ ਅਮਰਦਾਸ ਜੀ ਦੇ ਵੇਲੇ ਬਾਣੀ ਦੀ ਨਕਲ ਦੇ ਅਨੁਸਾਰ ਹੋਰ ਬਾਣੀ ਤਿਆਰ ਹੋਣ ਲੱਗ ਪਈ ਸੀ, ਤੇ ਮੇਰੇ ਸਤਿਗੁਰਾਂ ਨੇ ਕਿਹਾ ਸੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਸਿੱਖੋ। ਕਿਤੇ ਵੇਖਿਓ ਗੁਰੂ ਦੀ ਬਾਣੀ ਛੱਡ ਕੇ ਕਿਤੇ ਕੱਚੀ ਬਾਣੀ ਦੇ ਪਾਸੇ ਨਾ ਤੁਰ ਪਿਓ। ਕੱਚੀ ਬਾਣੀ ਪੜ੍ਹ ਕੇ ਕਲਿਆਣ ਨਹੀਂ ਝਿਉਣਾ, ਕਲਿਆਣ ਗੁਰੂ ਕੀ ਬਾਣੀ ਪੜ੍ਹ ਕੇ ਪੂਰੇ ਗੁਰੂ ਦੀ ਬਾਣੀ ਪੜ੍ਹ ਕੇ ਆਉਣਾ। ਗੁਰੂ ਅਮਰਦਾਸ ਸਾਹਿਬ ਕੁਰਕਸ਼ੇਤਰ ਦੀ ਧਰਤੀ 'ਤੇ ਗਏ, ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਉੱਥੇ ਕੁਰਕਸ਼ੇਤਰ ਪਾਂਡੇ ਬੜੇ ਸਨ, ਵਿਦਵਾਨ ਰਹਿੰਦੇ ਸੀ, ਬ੍ਰਾਹਮਣ ਰਹਿੰਦੇ ਸੀ। ਉਹ ਬ੍ਰਾਹਮਣ ਮਿਲੇ ਸਤਿਗੁਰਾਂ ਨੂੰ, ਉਹ ਕਹਿੰਦੇ ਇਸ ਵੇਦ ਹੈਗੇ ਨੇ ਮੌਜੂਦ, ਪੁਰਾਣ ਨੇ ਮੌਜੂਦ, 27 ਸਿਮਰਤੀਆਂ ਮੌਜੂਦ ਨੇ, ਇੰਨਾ ਕੁਝ ਹੈ, ਤੁਸੀਂ ਬਾਣੀ ਕਿਉਂ ਉਚਾਰ ਰਹੇ ਹੋ? ਗੁਰੂ ਨਾਨਕ ਸਾਹਿਬ ਨੇ ਬਾਣੀ ਕਿਉਂ ਉਚਾਰੀ? ਵੀ ਵੇਦਾਂ ਦੀ ਬਾਣੀ ਬਾਣੀ ਨਹੀਂ ਹੈਗੀ? ਮਹਾਰਾਜ ਕਹਿਣ ਲੱਗੇ ਸਵਾਲ ਤੁਹਾਡਾ ਠੀਕ ਹੈ। ਉਹ ਕਹਿੰਦੇ ਜੀ ਸਾਨੂੰ ਸਿੱਧ ਕਰਕੇ ਦੱਸਿਓ, ਜਦੋਂ ਵੇਦ ਧਰਤੀ 'ਤੇ ਹੈ, ਦੇਵ ਬਾਣੀ ਧਰਤੀ 'ਤੇ ਹੈ, ਤੇ ਤੁਸੀਂ ਵੱਖਰੀ ਬਾਣੀ ਕਿਉਂ ਉਚਾਰਦੇ ਹੋ? ਤੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਨੇ ਸ਼ਬਦ ਉਚਾਰਿਆ ਕੁਰਕਸ਼ੇਤਰ ਦੀ ਧਰਤੀ 'ਤੇ, ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ?
ਮਹਾਰਾਜ ਕਹਿਣ ਲੱਗੇ ਧਰਤੀ ਤੇ ਸਮੁੰਦਰ ਵੀ ਹੈ, ਧਰਤੀ ਤੇ ਦਰਿਆ ਵੀ ਨੇ, ਧਰਤੀ ਤੇ ਝੀਲਾਂ ਹੈ, ਨਹਿਰਾਂ ਹੈ, ਨਦੀਆਂ ਨੇ, ਵਾਹ ਹੈ, ਸਮੁੰਦਰ ਹੈ, ਪਰ ਸਾਰੇ ਪਾਣੀ ਦੇ ਸਰੋਤ ਹੋਣ ਦੇ ਬਾਵਜੂਦ ਵੀ ਮੀਂਹ ਪੈਂਦਾ ਹੈ। ਮੀਂਹ ਕਿਉਂ ਪੈਂਦਾ? ਕਹਿੰਦੇ ਜੈਸੇ ਧਰਤੀ ਉੱਪਰ ਮੇਘੁਲਾ ਬਰਸਤ ਹੈ, ਮੇਘੁਲਾ ਕਹਿੰਦੇ ਮੇਘ ਨੂੰ, ਬੱਦਲ ਨੂੰ, ਬੱਦਲ ਵਰਸਦੇ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀਂ? ਕੀ ਧਰਤੀ 'ਚ ਪਾਣੀ ਨਹੀਂ ਹੈ? ਮਹਾਰਾਜ ਕਹਿਣ ਲੱਗੇ ਸਮੁੰਦਰ, ਦਰਿਆ, ਨਦੀ, ਉੱਥੇ ਜਾਣ ਵਾਸਤੇ ਮਿਹਨਤ ਕਰਨੀ ਪੈਣੀ, ਸਾਰੇ ਨਹੀਂ ਪਹੁੰਚ ਸਕਦੇ, ਪਰ ਜਦੋਂ ਮੀਂਹ ਪੈਂਦਾ ਹੈ ਨਾ, ਮੀਂਹ ਇਕੱਲੇ ਇਕੱਲੇ ਜੀ ਤੱਕ ਪਹੁੰਚਦਾ ਹੈ। ਮਹਾਰਾਜ ਕਹਿਣ ਲੱਗੇ ਵੇਦ ਪੜ੍ਹਨੇ ਸੌਖੇ ਆ ਕਿਤੇ? 25-25 ਸਾਲ ਕਾਂਸ਼ੀ 'ਚ ਰਹਿ ਕੇ ਵੇਦ ਪੜ੍ਹਨੇ, ਅਰਥ ਵਿਚਾਰਨੇ, ਸਿੱਖਣੇ, ਫਿਰ ਵੇਦਾਂ ਦੀ ਇੱਕ ਹੋਰ ਖੇਡ ਸੀ। ਬ੍ਰਾਹਮਣ ਪੜ੍ਹ ਸਕਦਾ ਸੀ, ਛੱਤਰੀ ਸੁਣ ਸਕਦਾ ਸੀ, ਸ਼ੂਦਰ ਤੇ ਵੈਸ਼ ਨਾ ਪੜ੍ਹ ਸਕਦੇ ਸੀ ਨਾ ਸੁਣ ਸਕਦੇ ਸੀ। ਸ਼ੂਦਰ ਵੈਸ਼ ਵੇਦਾਂ ਦੀ ਦੇਵ ਬਾਣੀ ਨੂੰ ਪੜ੍ਹ ਸੁਣ ਨਹੀਂ ਸੀ ਸਕਦੇ। ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰੀ ਹੈ, ਪਰ ਬੰਧਨ ਨਹੀਂ ਕੋਈ ਰੱਖਿਆ ਇਹਨੂੰ। ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ ਸਾਰੇ ਪੜ੍ਹ ਸਕਦੇ ਹੈ, ਬਾਣੀ ਸਾਰਿਆਂ ਲਈ ਸਾਂਝੀ ਹੈ, ਜਿਵੇਂ ਮੀਂਹ ਸਾਰਿਆਂ ਲਈ ਸਾਂਝਾ ਹੁੰਦਾ ਜੀ। ਮੀਂਹ ਬ੍ਰਾਹਮਣ 'ਤੇ ਵੀ ਪੈਂਦਾ, ਮੀਂਹ ਸ਼ੂਦਰ 'ਤੇ ਵੀ ਪੈਂਦਾ। ਗੁਰੂ ਦੀ ਬਾਣੀ ਬ੍ਰਾਹਮਣ ਵੀ ਪੜ੍ਹ ਸਕਦੇ, ਗੁਰੂ ਕੀ ਬਾਣੀ ਸ਼ੂਦਰ ਵੀ ਪੜ੍ਹ ਸਕਦੇ। ਬਾਣੀ ਗੁਰੂ ਰਾਮਦਾਸ ਜੀ ਨੇ ਵੀ ਉਚਾਰੀ, ਔਰ ਗੁਰੂ ਰਾਮਦਾਸ ਜੀ ਨੇ ਬਾਣੀ ਉਚਾਰ ਕੇ ਇਹ ਮੋਹਰ ਲਾ ਦਿੱਤੀ ਵੀ ਬਾਣੀ ਹੀ ਗੁਰੂ ਹੈ, ਅਤੇ ਕੁੱਲ ਰੂਹਾਨੀਅਤ ਦੇ ਅੰਮ੍ਰਿਤ, ਦੁਨਿਆਵੀ ਦਾਤਾਂ ਸਭ ਕੁਝ ਬਾਣੀ ਵਿੱਚ ਹਨ। ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ, ਮੇਰੀ ਸੱਚੀ ਸਰਕਾਰ ਦਰਬਾਰ ਸਾਹਿਬ ਬੈਠੇ, ਕੀਰਤਨ ਹੋ ਰਿਹਾ, ਸੱਤਾ ਤੇ ਬਲਵੰਡਾ ਰੁੱਸ ਕੇ ਗਏ ਸੀਗੇ ਉਦੋਂ। ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਕੀਰਤਨ ਕਰੋ। ਸਿੱਖ ਕੀਰਤਨ ਕਰਨ ਦੇ ਤੇ ਬਾਹਰਲੇ ਇਲਾਕੇ ਵਿੱਚੋਂ ਆਈਆਂ ਸਨ ਸੰਗਤਾਂ, ਜੋਟੀਆਂ 'ਚ ਸ਼ਬਦ ਪੜ੍ਹਨਾ ਸ਼ੁਰੂ ਕੀਤਾ, ਪਰ ਮਹਾਰਾਜ ਨੇ ਉਹ ਸ਼ਬਦ ਰੁਕਾ ਦਿੱਤਾ। ਮਹਾਰਾਜ ਕਹਿੰਦੇ ਇਹਨੂੰ ਬੰਦ ਕਰੋ। ਸਾਰੇ ਹੈਰਾਨ ਹੋ ਗਏ ਵੀ ਗੁਰੂ ਅਰਜਨ ਦੇਵ ਜੀ ਸ਼ਬਦ ਰੁਕਾ ਦਿੱਤਾ ਮਹਾਰਾਜ ਨੇ। ਕਹਿੰਦੇ ਮਹਾਰਾਜ ਇਹ ਕੀ ਕਾਰਨ? ਮੈਂ ਪਹਿਲਾਂ ਬੇਨਤੀ ਕੀਤੀ ਸੀ ਬੱਚਿਆਂ ਨੂੰ ਬਾਹਰ ਲੈ ਜਾਓ। ਮਹਾਰਾਜ ਇਹ ਕੀ ਕਾਰਨ ਹੈ? ਆਪ ਜੀ ਸ਼ਬਦ ਬੰਦ ਕਰਾ ਦਿੱਤਾ। ਮਹਾਰਾਜ ਕਹਿੰਦੇ ਗੁਰਸਿੱਖੋ, ਜਿਹਨੂੰ ਤੁਸੀਂ ਸ਼ਬਦ ਕਹਿੰਦੇ, ਇਹ ਸ਼ਬਦ ਹੈ ਹੀ ਨਹੀਂ ਹੈ। ਇਹ ਕਿੱਥੋਂ ਸੁਣਿਆ? ਕਹਿੰਦੇ ਮਹਾਰਾਜ ਸਾਡੇ ਪਿੰਡ ਦੀ ਧਰਮਸ਼ਾਲਾ ਵਿੱਚ ਜੋਟੀਆਂ ਨਾਲ ਪੜ੍ਹਦੇ ਆ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਗੁਰੂ ਦੀ ਬਾਣੀ ਨਹੀਂ, ਇਹ ਰਲਾ ਪੈ ਗਿਆ ਹੈ। ਹੋਰ ਕਿਹੜੇ ਕਿਹੜੇ ਸ਼ਬਦ ਪੜ੍ਹਦੇ? ਦੱਸਿਆ ਮਹਾਰਾਜ ਅਸੀਂ ਇਹ ਪੜ੍ਹਦੇ। ਮਹਾਰਾਜ ਕਹਿੰਦੇ ਇਹ ਵੀ ਗੁਰੂ ਕੀ ਬਾਣੀ ਨਹੀਂ। ਫਿਰ ਮਹਾਰਾਜ ਨੇ ਵਿਚਾਰ ਕੀਤੀ ਵੀ ਇਉਂ ਜੇ ਰਲਾ ਪੈ ਗਿਆ, ਸਿੱਖ ਅਧੂਰੀਆਂ ਗੱਲਾਂ ਪੜ੍ਹਨ ਲੱਗ ਪਏ ਤੇ ਕਲਿਆਣ ਕਿਵੇਂ ਹੋਏਗਾ? ਪੂਰੇ ਗੁਰੂ ਦੀ ਬਾਣੀ ਨੇ ਸ਼ਕਤੀ ਦੇਣੀ, ਕੱਚੀਆਂ ਨੇ ਤੇ ਸ਼ਕਤੀ ਨਹੀਂ ਦੇਣੀ। ਰਲਾ ਪੈਣਾ ਸ਼ੁਰੂ ਕਿੱਥੋਂ ਹੋਇਆ ਸੀ? ਬਾਬੇ ਪ੍ਰਿਥੀਏ ਦਾ ਪੁੱਤਰ ਸੀ ਮਿਹਰਬਾਨ,
ਮਿਹਰਬਾਨ ਨੂੰ ਬਾਬੇ ਪ੍ਰਿਥੀਏ ਨੇ ਕਿਹਾ ਸੀ ਮੈਂ ਤਾਂ ਨਹੀਂ ਕਵਿਤਾ ਬਣਾ ਸਕਦਾ ਤੂੰ ਬਣਾ। ਉਹਨੇ ਪਿੰਗਲ ਪੜ੍ਹਿਆ, ਪਿੰਗਲ ਪੜ੍ਹ ਕੇ ਕਵਿਤਾ ਜੋੜਨੀ ਸ਼ੁਰੂ ਕੀਤੀ। ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ, ਹਿੰਦੀ ਫਾਰਸੀ ਸੰਸਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਕੋ ਹੀ ਪਾਈ। ਔਰ ਮੈਂ ਸੱਚ ਦੱਸਦਾ, ਅੱਜ ਵੀ ਅਸੀਂ ਇੰਨੇ ਅਵੇਸਲੇ ਹਾਂ, ਕਿਸੇ ਵੀ ਪੰਗਤੀ ਵਿੱਚ ਆਮ ਹੀ ਕੋਈ ਲਾਈਨ ਬਣਾ ਕੇ ਗੁਰੂ ਨਾਨਕ ਸਾਹਿਬ ਦਾ ਵਿੱਚ ਨਾਮ ਜੋੜ ਦੇਣਾ, ਆਪਾਂ ਸਮਝਣਾ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਉਦੋਂ ਦੀਆਂ ਪੰਗਤੀਆਂ ਪ੍ਰਚਲਿਤ ਹੋਈਆਂ, ਅੱਜ ਤੱਕ ਉਹ ਪੰਗਤੀਆਂ ਸਾਡੇ ਵਿੱਚੋਂ ਨਿਕਲੀਆਂ ਨਹੀਂ ਜੇ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਗੁਰੂ ਕੀ ਬਾਣੀ ਨਹੀਂ ਹੈਗੀ, ਪਰ ਭੁਲੇਖਾ ਬਾਣੀ ਦਾ ਪਾਉਂਦੀ ਹੈ। ਚੰਗੇ ਭਲੇ ਬੰਦੇ ਵੀ ਸਮਝ ਲੈਂਦੇ ਵੀ ਇਹ ਗੁਰੂ ਦੀ ਬਾਣੀ ਹੈ ਸ਼ਾਇਦ। ਮਹਾਰਾਜ ਨੇ ਕਿਹਾ ਇਹ ਤਾਂ ਗਲਤ ਕੰਮ ਹੈ। ਬਾਬਾ ਬੁੱਢਾ ਜੀ ਨਾਲ ਵਿਚਾਰ ਕੀਤੀ, ਬਾਬਾ ਜੀ ਕੀ ਕਰੀਏ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਆਪ ਅੰਤਰ ਜਾਮੀ ਹੋ, ਤੁਸੀਂ ਹੱਲ ਕੱਢਣਾ। ਮਹਾਰਾਜ ਕਹਿਣ ਲੱਗੇ, ਗੁਰੂ ਦੀ ਬਾਣੀ ਸੱਚੀ ਬਾਣੀ ਜਿਹੜੀ ਹੈ ਨਾ, ਉਹਦੀ ਇੱਕ ਪੋਥੀ ਵੱਡਾ ਗ੍ਰੰਥ ਤਿਆਰ ਕਰ ਦਿੰਦੇ, ਸਿੱਖ ਉਹਨੂੰ ਪੜ੍ਹਨ, ਉਹਨੂੰ ਪੜ੍ਹ ਕੇ ਭੁਲੇਖੇ 'ਚ ਨਹੀਂ ਪੈ ਸਕਦੇ। ਸੱਚੀ ਗੱਲ 'ਚ ਜੇ ਗੁਰੂ ਅਰਜਨ ਦੇਵ ਸਾਹਿਬ ਇਹ ਕੰਮ ਨਾ ਕਰਦੇ ਹੁੰਦੇ, ਅੱਜ ਬੜਾ ਵੱਡਾ ਭੁਲੇਖਾ ਪਿਆ ਹੋਣਾ ਸੀ ਗੁਰਮੁਖੋ। ਅਸੀਂ ਪਤਾ ਨਹੀਂ ਕੀ ਪੜ੍ਹੀ ਜਾਣਾ ਸੀ। ਮਾਫ਼ ਕਰਿਓ, ਜਿਹੜੀਆਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨਾ, ਜੇ ਗੁਰੂ ਅਰਜਨ ਸਾਹਿਬ ਲਿਖ ਕੇ ਨਾ ਦੇ ਕੇ ਜਾਂਦੇ ਤਾਂ ਅੱਜ ਜਪਜੀ ਸਾਹਿਬ ਦੀ 150 ਪੌੜੀ ਬਣ ਜਾਣੀ ਸੀ। ਪਤਾ ਹੀ ਨਹੀਂ ਕਿੰਨੇ ਕਿੰਨੇ ਵਿੱਚ ਕੀ ਲਿਖ ਕੇ ਪਾ ਦੇਣਾ ਸੀ। ਅਸੀਂ ਭੋਲੇ ਭਾਲੇ, ਅਸੀਂ ਸਮਝ ਲੈਣਾ ਸੀ ਕਿ ਇਹ ਵਾਕੇ ਗੁਰੂ ਦੀ ਬਾਣੀ ਹੈ। ਏਡੇ ਵੱਡੇ ਭੁਲੇਖੇ ਸਾਨੂੰ ਪੈਣੇ ਸੀ। ਮਹਾਰਾਜ ਸਤਿਗੁਰਾਂ ਨੇ ਪੋਥੀਆਂ ਮੰਗਵਾਈਆਂ, ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਸਨ, ਗੋਇੰਦਵਾਲ ਸਾਹਿਬ। ਬਾਬਾ ਮੋਹਨ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪੋਥੀਆਂ ਸਾਂਭ ਕੇ ਬੈਠੇ ਹੈ। ਪਹਿਲਾਂ ਭਾਈ ਗੁਰਦਾਸ ਜੀ ਗਏ, ਫਿਰ ਬਾਬਾ ਬੁੱਢਾ ਜੀ ਗਏ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਪੋਥੀਆਂ ਲੈਣ ਆਪ ਗਏ ਜੀ। ਇੱਕ ਨਿੱਕੀ ਜੀ ਬੇਨਤੀ ਕਰਕੇ ਅੱਗੇ ਚੱਲਦਾ। ਗੁਰੂ ਅਰਜਨ ਸਾਹਿਬ ਵਿੱਚ ਨਿਮਰਤਾ ਬੜੀ ਜੀ। ਮਹਾਰਾਜ ਗੋਇੰਦਵਾਲ ਸਾਹਿਬ ਗਲੀ ਵਿੱਚ ਬੈਠ ਗਏ। ਆਹ ਹੁਣ ਸ਼ਤਾਬਦੀ ਹੈ ਨਾ ਗੋਇੰਦਵਾਲ ਸਾਹਿਬ ਜਾਣਾ ਤੁਸਾਂ, ਅਤੇ ਗੁਰਮੁਖੋ ਇੱਕ ਮੇਨ ਦਰਬਾਰ ਹੈ, ਇੱਕ ਚੁਬਾਰਾ ਸਾਹਿਬ ਹੈ। ਮੇਨ ਦਰਬਾਰ ਦੇ ਮਗਰਲੇ ਪਾਸੇ ਗੁਰਦੁਆਰਾ ਚੁਬਾਰਾ ਸਾਹਿਬ ਆ। ਅੱਜ ਵੀ ਉੱਥੇ ਉਹ ਕਿੱਲੀ ਹੈਗੀ ਹੈ ਜਿਹਨੂੰ ਫੜ ਕੇ ਗੁਰੂ ਅਮਰਦਾਸ ਸਾਹਿਬ ਬਾਣੀ ਪੜ੍ਹਦੇ ਹੁੰਦੇ ਸਨ। ਜਾ ਕੇ ਦਰਸ਼ਨ ਕਰਿਓ। ਉੱਥੇ ਬਾਹਰ ਗਲੀ ਵਿੱਚ ਬਹਿ ਗਏ, ਸ਼ਬਦ ਪੜ੍ਹੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਬਾਬਾ ਮੋਹਨ ਜੀ ਪੰਗਤੀਆਂ ਸੁਣਦੇ ਸਮਝਦੇ ਆ ਮੇਰੀ ਸਿਫਤ ਹੋ ਰਹੀ ਹੈ, ਪਰ ਮਹਾਰਾਜ ਤਾਂ ਮੋਹਨ ਪਰਮੇਸ਼ਰ ਦੀ ਸਿਫਤ ਕਰਦੇ ਹੈ। ਸਾਧ ਸੰਗਤ, ਬਾਬਾ ਮੋਹਨ ਜੀ ਨੇ ਨੇਤਰ ਖੋਲ੍ਹੇ, ਆ ਕੇ ਮਹਾਰਾਜ ਦੇ ਦਰਸ਼ਨ ਕੀਤੇ, ਪੋਥੀਆਂ ਦਿੱਤੀਆਂ। ਲੰਮੀ ਸਾਕੀ ਆ, ਮੈਂ ਉਸ ਪਾਸੇ ਪੂਰਾ ਨਹੀਂ ਪੈਣਾ। ਪੋਥੀਆਂ ਦੇ ਕੇ ਮਹਾਰਾਜ ਸਤਿਗੁਰੂ ਜੀ ਨੂੰ ਵਿਦਾ ਕੀਤਾ।
ਇਹ ਵੀ ਮੈਂ ਬੇਨਤੀ ਕਰਾਂ, ਜਿੰਨਾ ਸਤਿਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਣੀ ਦਾ ਕਰਦੇ ਸੀ ਓਨਾ ਅਸੀਂ ਨਹੀਂ ਤੇ ਕਰਦੇ। ਸਰੂਪ ਤਾਂ ਨਹੀਂ ਨਾ ਗੁਰੂ ਗ੍ਰੰਥ ਸਾਹਿਬ ਦਾ, ਪੋਥੀਆਂ ਨਾ, ਪੋਥੀਆਂ ਕਿਹਨੂੰ ਕਹਿੰਦੇ? ਗੁਟਕਾ ਸਾਹਿਬ ਨੂੰ ਕਹਿੰਦੇ। ਪੋਥੀਆਂ ਨੂੰ ਪਾਲਕੀ 'ਚ ਰੱਖ ਕੇ ਚੰਦਨ ਦਾ ਚੌਰ ਹੱਥ ਵਿੱਚ ਲੈ ਕੇ ਅਤੇ ਨੰਗੇ ਚਰਨ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਆਏ ਗੋਇੰਦਵਾਲ ਸਾਹਿਬ ਤੋਂ ਤੁਰ ਕੇ ਜੀ। ਰਸਤੇ 'ਚ ਰਾਤ ਖਡੂਰ ਸਾਹਿਬ ਰਹੇ। ਗੱਲ ਭਾਵਨਾ ਦੀ 'ਚ ਅਸੀਂ ਹੱਥ 'ਚ ਗੁਟਕਾ ਸਾਹਿਬ ਵੀ ਫੜਦੇ ਹਾਂ ਜਦੋਂ ਬਾਜ਼ਾਰੋਂ ਲੈ ਕੇ ਆਉਂਦੇ ਹਾਂ ਅਤੇ ਗੱਡੀ 'ਚ ਬੈਠੇ ਹੁੰਦੇ ਹਾਂ। ਮੈਂ ਤਾਂ ਵੇਖਿਆ ਕਈ ਵਾਰੀ ਸਾਡੇ ਵੀਰ ਮੋਟਰਸਾਈਕਲ 'ਤੇ ਟੰਗ ਕੇ ਨਾ ਲਿਫਾਫਾ ਗੁਟਕਾ ਸਾਹਿਬ ਹੁੰਦਾ ਮਾਰਦੇ ਕਿੱਕ ਅਤੇ ਘਰ ਆ ਜਾਂਦੇ। ਗੁਰਮੁਖੋ ਇਹ ਫਿਰ ਬਾਣੀ ਦਾ ਸਤਿਕਾਰ ਥੋੜ੍ਹੀ ਹੈ। ਬਾਣੀ ਲੈ ਕੇ ਆਏ ਗੁਰੂ ਅਰਜਨ ਸਾਹਿਬ, ਪੋਥੀਆਂ ਲੈ ਕੇ ਆਏ ਪਾਲਕੀ ਸਾਹਿਬ 'ਚ, ਪੋਥੀਆਂ ਰੱਖ ਕੇ ਚੰਦਨ ਦਾ ਚੌਰ ਹੱਥ ਵਿੱਚ ਲੈ ਕੇ ਨੰਗੇ ਚਰਨ ਬਾਣੀ ਪੜ੍ਹਦੇ ਸਤਿਗੁਰੂ ਆਉਂਦੇ, ਪੋਥੀਆਂ ਲੈ ਕੇ ਆ ਰਹੇ ਜੀ। ਤੁਹਾਡੇ ਘਰ 'ਚ ਪੋਥੀਆਂ ਤਾਂ ਹੈ ਨਾ, ਸਿੱਖ ਦੇ ਘਰ 'ਚ ਗੁਟਕਾ ਸਾਹਿਬ ਹੋਣਾ ਚਾਹੀਦਾ, ਸਿੱਖ ਦੇ ਘਰ ਪੋਥੀ ਸਾਹਿਬ ਹੋਣੀ ਚਾਹੀਦੀ। ਪਰ ਚੇਤਾ ਕਰਿਓ, ਯਾਦ ਕਰਿਓ ਵੀ ਜਦੋਂ ਅਸੀਂ ਆਪਣੇ ਘਰ ਗੁਟਕਾ ਸਾਹਿਬ ਲੈ ਕੇ ਆਏ ਸਾਂ ਤਾਂ ਕਿਵੇਂ ਲੈ ਕੇ ਆਏ ਸਾਂ? ਗੁਰਦੁਆਰਿਓਂ ਲੈ ਲਿਆ, ਜੁੱਤੀਆਂ ਪਾਈਆਂ ਨੇ, ਉਵੇਂ ਜਾ ਕੇ ਰੱਖਤਾ? ਨਹੀਂ ਗੁਰਮੁਖੋ, ਮੈਂ ਪਹਿਲਾਂ ਬੇਨਤੀ ਕੀਤੀ, ਜਿੰਨਾ ਸਤਿਕਾਰ ਗੁਰੂ ਅਰਜਨ ਸਾਹਿਬ ਨੇ ਕੀਤਾ ਅਸੀਂ ਨਹੀਂ ਕਰ ਸਕਦੇ। ਮਹਾਰਾਜ ਪੋਥੀਆਂ ਲੈ ਕੇ ਆਏ, ਜਿੱਥੇ ਦਰਬਾਰ ਸਾਹਿਬ ਸਰੋਵਰ ਦੁੱਖ ਭੰਜਨੀ ਬੇਰੀ ਉਹਦੇ ਨਾਲ ਥੜਾ ਹੈ, ਉਹਨੂੰ 68 ਘਾਟ ਕਹਿੰਦੇ ਆ। ਉੱਥੇ ਥੜੇ 'ਤੇ ਪੋਥੀਆਂ ਸੁਭਾਏਮਾਨ ਕੀਤੀਆਂ, ਉੱਥੇ ਪੋਥੀ ਪ੍ਰਕਾਸ਼ ਕੀਤੀ, ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਅਤੇ ਮਹਾਰਾਜ ਖੁਸ਼ ਹੋਏ। ਖੁਸ਼ ਹੋ ਕੇ ਸ਼ਬਦ ਉਚਾਰਿਆ, ਪੋਥੀ ਪਰਮੇਸ਼ਰ ਕਾ ਥਾਨ। ਉਦੋਂ ਸ਼ਬਦ ਉਚਾਰਿਆ ਮੇਰੇ ਸਤਿਗੁਰਾਂ ਨੇ, ਸ਼ਬਦ ਉਚਾਰਿਆ। ਬਾਬਾ ਬੁੱਢਾ ਜੀ ਦੀ ਡਿਊਟੀ ਲਾਈ, ਭਾਈ ਗੁਰਦਾਸ ਜੀ ਦੀ ਡਿਊਟੀ ਲਾਈ, ਸਾਰੀ ਰਾਤ ਪੋਥੀਆਂ ਦੇ ਆਲੇ ਦੁਆਲੇ ਬੈਠੇ ਰਹੋ, ਨਾਲ ਬਾਣੀ ਪੜ੍ਹਿਓ। ਇਹ ਬਹੁਤ ਕੀਮਤੀ ਖਜ਼ਾਨਾ ਜਿਹਨੂੰ ਖੁੱਲ੍ਹਾ ਨਹੀਂ ਛੱਡ ਸਕਦੇ। ਅੱਜ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਗੁਰਮੁਖੋ ਮੈਂ ਬੇਨਤੀ ਕਰਾਂ ਵੀ ਗੁਰਦੁਆਰਿਆਂ 'ਚ ਬੇਦਬੀਆਂ ਕਿਉਂ ਹੋ ਰਹੀਆਂ ਨੇ? ਕਿਉਂਕਿ ਗੁਰਦੁਆਰੇ ਖਾਲੀ ਛੱਡੇ ਹੋਏ ਹੈ। ਹੁਣ ਤਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆ ਗਿਆ ਵੀ ਗੁਰਦੁਆਰਾ ਜਦੋਂ ਦੀਵਾਨ ਲੱਗਾ ਜਾਂ ਗੁਰੂ ਘਰ ਖੁੱਲ੍ਹਾ, ਇਹੋ ਜਿਹਾ ਨਾ ਹੋਏ ਵੀ ਹਾਲ ਵਿੱਚ ਹੋਵੇ ਹੀ ਕੋਈ ਨਾ। ਇੱਕ ਸਿੱਖ ਮਹਾਰਾਜ ਦੀ ਹਾਜ਼ਰੀ 'ਚ ਜ਼ਰੂਰ ਹੋਣਾ ਚਾਹੀਦਾ ਪਹਿਰੇਦਾਰ। ਤੁਸੀਂ ਮੈਨੂੰ ਇੱਕ ਗੱਲ ਕਹੋਗੇ ਵੀ ਗਿਆਨੀ ਜੀ, ਦਰਬਾਰ ਸਾਹਿਬ 'ਤੇ ਇੰਨੇ ਸਿੰਘ ਸਨ, ਉੱਥੇ ਵੀ ਤਾਂ ਬੰਦਾ ਜੰਗਲਾ ਟੱਪ ਗਿਆ। ਗੁਰਮੁਖੋ, ਦਰਬਾਰ ਸਾਹਿਬ ਸਿੰਘ ਸਨ ਤਾਂ ਬੇਦ ਵੀ ਨਹੀਂ ਹੋਈ, ਕੇਵਲ ਉਹਨੇ ਜੰਗਲਾ ਟੱਪਿਆ, ਉਹਨੇ ਤਲਵਾਰ ਨੂੰ ਹੱਥ ਪਾਇਆ ਸੀ, ਕੀ ਪਤਾ ਉਹਨੇ ਕਿਹਦਾ ਸਿਰ ਨਹੀਂ ਸੀ ਵੱਢ ਦੇਣਾ। ਜੇ ਸਿੰਘ ਨਾ ਹੁੰਦੇ ਫਿਰ ਸੋਚੋ ਕੀ ਹੋਣਾ ਸੀ। ਇਸ ਕਰਕੇ ਮਹਾਰਾਜ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਰਾਤ ਪਹਿਰੇ 'ਤੇ ਬਿਠਾਇਆ। ਮਹਾਰਾਜ ਕਹਿੰਦੇ ਖੁੱਲ੍ਹਾ ਨਹੀਂ ਕੰਮ ਛੱਡਣਾ, ਸਾਰੀ ਰਾਤ ਕੀਰਤਨ ਕੀਤਾ। ਦਿਨੇ ਮੇਰੇ ਸਤਿਗੁਰੂ ਕਹਿੰਦੇ ਕੋਈ ਇਕਾਂਤ ਸਥਾਨ ਲੱਭੋ,
ਜਿੱਥੇ ਬਹਿ ਕੇ ਸਾਰੀ ਬਾਣੀ ਲਿਖਾਉਣੀ ਹੈ। ਇਕਾਂਤ ਸਥਾਨ ਰਾਮਸਰ ਦਾ ਲੱਭਿਆ ਗੁਰਮੁਖੋ, ਰਾਮਸਰ ਸਾਹਿਬ ਦਾ। ਉਦੋਂ ਬਿਲਕੁਲ ਇਕਾਂਤ ਸੀਗਾ, ਬੇਰੀਆਂ ਸਨ, ਪਿੱਪਲ ਸਨ, ਬੋਹੜ ਸਨ। ਰਾਮਸਰ ਅਸਥਾਨ ਲੱਭਿਆ, ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਵੀ ਤਿਆਰੀ ਕਰਵਾਓ। ਭਾਈ ਗੁਰਦਾਸ ਜੀ ਨੇ ਤੰਬੂ ਲਵਾਇਆ, ਤੰਬੂ ਲਵਾ ਕੇ ਸੱਚੀ ਸਰਕਾਰ ਪੋਥੀਆਂ ਲੈ ਕੇ ਰਾਮਸਰ ਅਸਥਾਨ 'ਤੇ ਆਏ। ਲਾਗੇ ਥੋੜ੍ਹਾ ਜਿਹਾ ਪਾਣੀ ਭਰਿਆ ਸੀ। ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ, ਇੱਥੇ ਛੋਟਾ ਸਰੋਵਰ ਬਣਾਓ, ਸ਼ਾਮ ਤੱਕ ਖੁਦਾਈ ਕਰਕੇ ਜਲ ਭਰਤਾ। ਸਤਿਗੁਰਾਂ ਨੇ ਸ਼ਬਦ ਉਚਾਰਿਆ, ਨਿਤ ਪ੍ਰਤ ਨਹਾਵਣ ਰਾਮ ਸਰ ਕੀਜੈ, ਝੋਲ ਮਹਾਰਸ ਅੰਮ੍ਰਿਤ ਪੀਜੈ। ਇਹ ਸ਼ਬਦ ਉਚਾਰਿਆ, ਫਿਰ ਮੇਰੇ ਸਤਿਗੁਰੂ ਜੀ ਅਗਲੇ ਦਿਨ ਬਾਣੀ ਉਚਾਰਨੀ ਸ਼ੁਰੂ ਕਰਦੇ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ, ਬਾਬਾ ਜੀ ਹਰਿਮੰਦਰ ਸਾਹਿਬ ਤੁਸੀਂ ਬੈਠਣਾ, ਹਰਿਮੰਦਰ ਸਾਹਿਬ ਅਸੀਂ ਨਹੀਂ ਬੈਠਾਂਗੇ, ਤੁਸੀਂ ਬੈਠ ਕੇ ਸੰਗਤ ਨੂੰ ਉਪਦੇਸ਼ ਦਿਓ, ਅਸੀਂ ਬਾਣੀ ਲਿਖਾਉਣੀ ਹੈ। ਕਾਗਜ਼ ਦਾ ਪ੍ਰਬੰਧ ਕੀਤਾ, ਸਿਆਹੀ ਦਾ ਪ੍ਰਬੰਧ ਕੀਤਾ, ਤੰਬੂ ਲੱਗ ਗਿਆ। ਮਹਾਰਾਜ ਆਪ ਬਾਣੀ ਪੜ੍ਹਦੇ ਹੈ। ਭਾਈ ਗੁਰਦਾਸ ਜੀ ਨੂੰ ਕਿਹਾ ਸੀ, ਭਾਈ ਗੁਰਦਾਸ ਜੀ ਲਿਖਣ ਦਾ ਕਾਰਜ ਤੁਸੀਂ ਕਰਨਾ ਹੈ। ਹੁਣ ਬਹੁਤ ਕੁਝ ਹੋਇਆ ਗੁਰਮੁਖੋ, ਮੈਂ ਦੋ ਚਾਰ ਗੱਲਾਂ ਵਿੱਚੋਂ ਬੇਨਤੀ ਕਰ ਦਿੰਦਾ। ਮਹਾਰਾਜ ਸਤਿਗੁਰੂ ਬਾਣੀ ਉਚਾਰਦੇ ਆ ਤੇ ਸਤਿਗੁਰੂ ਬਾਣੀ ਪੜ੍ਹਦੇ ਆ ਤੇਜ। ਭਾਈ ਗੁਰਦਾਸ ਜੀ ਕਹਿੰਦੇ ਆ, ਮਹਾਰਾਜ ਸਿਹਾਰੀਆਂ ਬਿਹਾਰੀਆਂ, ਬਾਣੀ ਮੇਰੇ ਕੋਲ ਅਸ਼ੁੱਧ ਨਾ ਲਿਖੀ ਜਾਵੇ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਹਾਡਾ ਤਾਂ ਸਰੀਰ ਲੱਗਣਾ, ਹੱਥ ਵਰਤਣਾ, ਕਲਮ ਤਾਂ ਗੁਰੂ ਨਾਨਕ ਸਾਹਿਬ ਨੇ ਆਪ ਹੀ ਚਲਾਉਣੀ ਹੈ, ਅਗੰਮ ਦੀ ਕਲਮ ਚੱਲੇਗੀ। ਵਾਕਈ ਮਹਾਰਾਜ ਸਤਿਗੁਰੂ ਜੀ ਜਦੋਂ ਬਾਣੀ ਉਚਾਰਦੇ ਨਾ ਤੇ ਭਾਈ ਗੁਰਦਾਸ ਜੀ ਫਿਰ ਬੜੇ ਪਿਆਰ ਨਾਲ ਲਿਖੀ ਜਾਂਦੇ। ਭਾਈ ਗੁਰਦਾਸ ਜੀ ਨੂੰ ਆਪ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ 14-14 ਅੰਗ ਲਿਖ ਦਿੰਦੇ ਸਨ ਜੀ। ਅਸੀਂ ਲਿਖਣਾ ਹੋਵੇ ਨਾ, ਬੋਲਣ ਵਾਲੇ ਨੂੰ ਕਹੀਦਾ ਵੀ ਸਹਿਜੇ ਬੋਲ। ਮਹਾਰਾਜ ਇੱਕ ਰਸ ਬੋਲਦੇ ਸਨ। ਪਹਿਲੇ ਦਿਨ ਜਪਜੀ ਸਾਹਿਬ, ਸੋਹਦਰ, ਸੋਹਿਲਾ ਸਾਰਾ ਲਿਖਾ ਕੇ ਫਿਰ ਸਤਿਗੁਰਾਂ ਨੇ ਬਾਣੀ ਨੂੰ ਰਾਗ ਵਿੱਚ ਲਿਖਣਾ ਸ਼ੁਰੂ ਕੀਤਾ। ਪਹਿਲਾ ਰਾਗ ਮੇਰੇ ਸਤਿਗੁਰਾਂ ਨੇ ਸ਼੍ਰੀ ਰਾਗ ਪਾਇਆ ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਫਿਰ ਆਪਣੀ ਬਾਣੀ ਤੇ ਸੰਪਰਦਾਇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਸੁਣੋ ਤੁਸੀਂ ਇਸ ਸੰਬੰਧ 'ਚ। ਸੰਤ ਗੁਰਬਚਨ ਸਿੰਘ ਜੀ ਖਾਲਸਾ, ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਸੁਣੋ। ਕਹਿੰਦੇ ਜਦੋਂ ਮਹਾਰਾਜ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਲਿਖਾਉਣੀ ਸ਼ੁਰੂ ਕੀਤੀ ਨਾ, ਤੇ ਭਾਈ ਗੁਰਦਾਸ ਜੀ ਸੋਚਦੇ ਆ ਵੀ ਮਹਾਰਾਜ ਭਗਤਾਂ ਦੀ ਬਾਣੀ ਕਿਵੇਂ ਲਿਖਾ ਰਹੇ ਆ, ਵੀ ਗੁਰੂਆਂ ਦੀ ਬਾਣੀ ਦੀ ਤਾਂ ਪੋਥੀ ਹੈ। ਭਾਈ ਗੁਰਦਾਸ ਜੀ ਨੇ ਮਨ ਵਿੱਚ ਸ਼ੰਕਾ ਹੀ ਕੀਤਾ ਤੇ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਗੁਰਦਾਸ ਜੀ ਜਿਹੜਾ ਨਿਯਤ ਸਮਾਂ ਹੈ ਨਾ ਤੁਹਾਡੇ ਆਉਣ ਦਾ, ਉਹਦੇ ਤੋਂ ਇੱਕ ਘੜੀ ਪਹਿਲਾਂ ਆ ਜਾਇਓ ਕੱਲ੍ਹ ਨੂੰ। ਭਾਈ ਗੁਰਦਾਸ ਜੀ ਨਿਯਤ ਸਮੇਂ ਤੋਂ ਇੱਕ ਘੜੀ ਪਹਿਲਾਂ ਜਦੋਂ ਪਹੁੰਚੇ ਆ, ਕੀ ਵੇਖਦੇ ਆ,
ਤੰਬੂ ਦੇ ਅੰਦਰ ਚਾਨਣ ਹੀ ਚਾਨਣ ਹੈ ਗੁਰਮੁਖੋ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਦਿਬ ਰੂਹਾਂ ਆ ਕੇ ਬੈਠੀਆਂ ਜਿਵੇਂ ਤੁਸੀਂ ਬੈਠੇ ਹੋ ਸਾਰੇ, ਚਿਹਰੇ ਜਗ ਰਹੇ ਹੈ, ਚਿਹਰਿਆਂ ਉੱਤੇ ਜਲਾਲ ਹੈ। ਭਾਈ ਗੁਰਦਾਸ ਸਾਹਿਬ ਆ ਕੇ ਨਮਸਕਾਰ ਕਰਦੇ ਆ। ਮਹਾਰਾਜ ਕਹਿੰਦੇ ਆ ਜਿੰਨੇ ਬੈਠੇ ਸਨ ਵੀ ਆਪਣਾ ਪਰਿਚੇ ਦਿਓ। ਇੱਕ ਗੁਰਮੁਖ ਉੱਠਿਆ, ਉਹ ਕਹਿੰਦਾ ਮਹਾਰਾਜ ਮੇਰਾ ਨਾਮ ਭਗਤ ਕਬੀਰ ਹੈ। ਇੱਕ ਉੱਠਿਆ ਕਹਿੰਦਾ ਮੇਰਾ ਨਾਮ ਨਾਮਦੇਵ ਹੈ। ਇੱਕ ਨੇ ਕਿਹਾ ਮੈਨੂੰ ਪੀਪਾ ਕਹਿੰਦੇ ਆ। ਬਜ਼ੁਰਗ ਉੱਠਿਆ ਕਹਿਣ ਲੱਗੇ ਮੇਰਾ ਨਾਮ ਫਰੀਦ ਹੈ। ਭਾਈ ਗੁਰਦਾਸ ਜੀ ਦਾ ਸ਼ੰਕਾ ਦੂਰ ਹੋ ਗਿਆ। ਉਹ ਸਾਰੇ ਕਹਿਣ ਲੱਗੇ ਜੀ ਆਪ ਜੀ ਮਾਨਵਤਾ ਦੀ ਕਲਿਆਣ ਵਾਸਤੇ ਬਾਣੀ ਦਾ ਜਹਾਜ਼ ਤਿਆਰ ਕਰ ਰਹੇ ਹੋ, ਕਿਰਪਾ ਕਰੋ ਜੋ ਸਾਨੂੰ ਬਖਸ਼ਿਸ਼ ਹੋਈ ਹੈ ਉਹ ਸ਼ਬਦ ਵੀ ਤੁਸੀਂ ਬਾਣੀ ਵਿੱਚ ਅੰਕਿਤ ਕਰ ਦਿਓ। ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਇਉਂ ਭਗਤਾਂ ਦੀ ਬਾਣੀ ਲਿਖਦੇ ਆ ਸਾਧ ਸੰਗਤ ਜੀ। ਕਈ ਗੁਰਮੁਖ ਇਹ ਵੀ ਕਹਿੰਦੇ ਆ ਵੀ ਗੁਰੂ ਨਾਨਕ ਸਾਹਿਬ ਆਪ ਥਾਂ ਪਰ ਥਾਂ ਜਾ ਕੇ ਭਗਤਾਂ ਦੀ ਬਾਣੀ ਇਕੱਠੀ ਕੀਤੀ, ਪਰ ਗੁਰੂ ਸਾਹਿਬ ਚਾਹੁਣ ਨਾ ਕੁਝ ਵੀ ਪ੍ਰਗਟ ਹੋ ਸਕਦਾ, ਕਿਉਂਕਿ ਮਹਾਰਾਜ ਸਤਿਗੁਰੂ ਸਮਰੱਥ ਨੇ। ਜਦੋਂ ਸਮਰੱਥ ਸ਼ਬਦ ਵਰਤਦੇ ਆ ਨਾ ਗੁਰਮੁਖੋ, ਫਿਰ ਸ਼ੰਕਾ ਨਹੀਂ ਆਉਣਾ ਚਾਹੀਦਾ। ਸਮਰੱਥ ਦਾ ਮਤਲਬ ਹੁੰਦਾ ਜੋ ਸਭ ਕੁਝ ਕਰ ਸਕਦਾ। ਗਰੀਬ ਨਵਾਜ ਸਤਿਗੁਰੂ ਆਪ ਵਾਰਾਂ ਉਚਾਰਨ ਕਰਦੇ ਆ। ਬਹੁਤ ਸਾਰੀਆਂ ਵਾਰਾਂ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਸ਼ਬਦ ਲਿਖਦੇ ਆ ਸ਼ੁੱਧ। ਸੱਸੇ ਨੂੰ ਔਂਕੜ, ਧੱਦੇ ਨੂੰ ਔਂਕੜ, ਸ਼ੁੱਧ। ਇਹਦਾ ਭਾਵ ਇਹ ਸੀ ਇਹ ਵਾਰ ਬਿਲਕੁਲ ਸ਼ੁੱਧ ਹੈ। ਐਵੇਂ ਕੱਲ੍ਹ ਨੂੰ ਕੋਈ ਸਿੱਖ ਇਹ ਨਾ ਕਹੇ ਵੀ ਕਲਮ ਫੜ ਕੇ ਗੁਰੂ ਗ੍ਰੰਥ ਸਾਹਿਬ ਉੱਤੇ ਵੀ ਮੈਂ ਹੁਣ ਬਾਣੀ ਵਿੱਚ ਅਸ਼ੁੱਧੀ ਹੈ ਅਤੇ ਮੈਂ ਇਹਨੂੰ ਸ਼ੁੱਧ ਕਰ ਦਿੰਦਾ ਹੈ। ਕਈ ਥਾਵਾਂ 'ਤੇ ਮਹਾਰਾਜ ਲਿਖਦੇ ਆ ਸ਼ੁੱਧ ਕੀਚਾ। ਇਹਦਾ ਇਹ ਭਾਵ ਹੈ ਵੀ ਇਹ ਸ਼ੁੱਧ ਕੀਤੀਆਂ ਹੋਈਆਂ ਨੇ। ਸਿੱਖੋ ਕਿਤੇ ਸ਼ੰਕਾ ਨਾ ਧਾਰਨ ਕਰ ਲਿਓ। ਗੁਰਮੁਖੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬਿੰਦੀ ਵੀ ਕੋਈ ਆਪਣੀ ਮਰਜ਼ੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਨਹੀਂ ਪਾ ਸਕਦਾ ਜੀ, ਬਿਲਕੁਲ ਨਹੀਂ ਪਾ ਸਕਦਾ। ਹਾਂ, ਪੋਥੀਆਂ ਵਿੱਚ ਸੰਥਿਆ ਲੈਣ ਵਾਸਤੇ ਤੁਸੀਂ ਕੌਮਾਂ ਪਾ ਲਓ, ਗੱਲ ਹੋਰ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਕੋਈ ਗ੍ਰੰਥੀ, ਰਾਗੀ, ਢਾਡੀ, ਗਿਆਨੀ, ਕਥਾਵਾਚਕ ਵਿਦਵਾਨ ਕਿਸੇ ਅੱਖਰ 'ਤੇ ਬਿੰਦੀ ਤਾਂ ਛੱਡੋ, ਆਪਣੇ ਕੋਲੋਂ ਵਿਸ਼ਰਾਮ ਵਾਸਤੇ ਕੌਮਾਂ ਵੀ ਨਹੀਂ ਪਾ ਸਕਦਾ। ਇੱਥੋਂ ਤੱਕ ਜਦੋਂ ਪੰਗਤੀ ਸੰਪੂਰਨ ਹੁੰਦੀ ਹੈ ਨਾ, ਜਿਵੇਂ ਨਾਨਕ ਹੋਸੇ ਭੀ ਸੱਚ, ਜਾਂ ਪਹਿਲਾਂ ਸਭ ਤੋਂ ਪਹਿਲਾਂ ਦੋ ਡੰਡੇ ਗੁਰੂ ਗ੍ਰੰਥ ਸਾਹਿਬ 'ਚ ਪਏ ਆ ਗੁਰਪ੍ਰਸਾਦ ਤੋਂ ਬਾਅਦ। ਸਤਿਗੁਰਾਂ ਨੇ ਦੋ ਡੰਡੇ ਪਾਏ ਆ। ਆਮ ਜਦੋਂ ਆਪਾਂ ਆਪਣੀ ਪੰਜਾਬੀ ਬੋਲੀ ਲਿਖਦੇ ਹਾਂ ਅਤੇ ਲਾਈਨ ਖਤਮ ਹੋਣ ਤੋਂ ਬਾਅਦ ਇੱਕ ਡੰਡਾ ਪਾਉਂਦੇ ਹਾਂ, ਮਹਾਰਾਜ ਨੇ ਦੋ ਡੰਡੇ ਪਾਏ ਆ, ਭਾਵ ਦੋਹਰੇ ਤਰੀਕੇ ਨਾਲ ਪੰਗਤੀ ਨੂੰ ਬੰਦ ਕੀਤਾ, ਇਸ ਪੰਗਤੀ ਨਾਲ ਛੇੜਖਾਨੀ ਨਹੀਂ ਹੋ ਸਕਦੀ। ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿੱਥੇ ਜਿੱਥੇ ਪੰਗਤੀਆਂ ਆਉਣਗੀਆਂ ਗੁਰਮੁਖੋ, ਉੱਥੇ ਉੱਥੇ ਜਿੱਥੇ ਪੰਗਤੀ ਸੰਪੂਰਨ ਹੋਏਗੀ ਉੱਥੇ ਦੋ ਡੰਡੇ ਪੈਂਦੇ ਆ।
ਇੱਕ ਡੰਡਾ ਨਹੀਂ ਮਹਾਰਾਜ ਨੇ ਪਾਇਆ। ਇਹਦਾ ਮਤਲਬ ਇਹ ਹੈ ਵੀ ਇਹਨੂੰ ਚੰਗੀ ਤਰ੍ਹਾਂ ਪੜ੍ਹਿਆ, ਵਿਚਾਰਿਆ, ਸ਼ੁੱਧ ਹੈ, ਇਹਨੂੰ ਬੰਦ ਕਰ ਦਿੱਤਾ, ਹੁਣ ਤੁਸੀਂ ਖੋਲ੍ਹ ਨਹੀਂ ਸਕਦੇ, ਤੁਸੀਂ ਨਹੀਂ ਵਿੱਚ ਹਿੱਲ ਜੁੱਲ ਕਰ ਸਕਦੇ। ਪਹਿਲੇ ਡੰਡੇ ਗੁਰਪ੍ਰਸਾਦ ਤੋਂ ਬਾਅਦ ਆਉਂਦਾ, ਦੂਜਾ ਡੰਡਾ, ਜਿਹੜੇ ਦੋ ਡੰਡੇ ਆ ਉਹ ਜਪ ਤੋਂ ਬਾਅਦ ਆਉਂਦੇ ਆ, ਫਿਰ ਨਾਨਕ ਹੋਸੀ ਵੀ ਸੱਚ ਤੋਂ ਬਾਅਦ ਆਉਂਦੇ ਆ। ਸਤਿਗੁਰੂ ਬਾਣੀ ਜਦੋਂ ਆਪ ਉਚਾਰਦੇ, ਸ਼ੁੱਧ ਕਰਕੇ ਮਹਾਰਾਜ ਆਪ ਉਚਾਰਦੇ ਲਿਖਦੇ ਆ, ਭੱਟ ਜਨ ਆਏ ਆ, ਸਤਿਗੁਰਾਂ ਨੇ ਭੱਟਾਂ ਦੀ ਬਾਣੀ ਵੀ ਦਰਜ ਕੀਤੀ ਹੈ। ਕਈਆਂ ਸਿੱਖਾਂ ਦੇ ਮਨ ਵਿੱਚ ਨਾ ਸ਼ੰਕਾ ਪੈਦਾ ਹੋ ਜਾਂਦੀ, ਜਿਹੜੇ ਬਹੁਤੇ ਗਿਆਨੀ ਹੈ ਨਾ, ਬਹੁਤੇ ਵੱਡੇ, ਕਹਿੰਦੇ ਜੀ ਸਾਰੀ ਬਾਣੀ ਤਾਂ ਵਾਹਿਗੁਰੂ ਦੀ ਉਸਤਤ ਵਿੱਚ ਹੈ, ਪਰ ਜਦੋਂ ਭੱਟਾਂ ਦੇ ਸਵਈਏ ਪੜ੍ਹਦੇ ਆ ਨਾ, ਕਹਿੰਦੇ ਉਦੋਂ ਸਾਡੇ ਮਨ 'ਚ ਸ਼ੰਕਾ ਪੈਦਾ ਹੋ ਜਾਂਦਾ। ਮੈਂ ਪੁੱਛਿਆ ਜੀ ਕਿਵੇਂ? ਕਹਿੰਦੇ ਜੀ ਉਹ ਤਾਂ ਗੁਰੂਆਂ ਦੀ ਸਿਫਤ ਹੈ, ਉਹ ਤਾਂ ਗੁਰੂ ਦੀ ਸਿਫਤ ਸਾਰੀ ਹੈ, ਅਤੇ ਮਹਾਰਾਜ ਨੇ ਉਹ ਕਿਉਂ ਲਿਖੀ? ਗੁਰਮੁਖੋ, ਭੱਟਾਂ ਦੇ ਸਵਈਆਂ ਤੋਂ ਪਹਿਲਾਂ ਪਾਰ ਬ੍ਰਹਮ ਪਰਮੇਸ਼ਰ ਦੀ ਸਿਫਤ ਹੈ ਬਾਣੀ ਵਿੱਚ, ਪਰ ਭੱਟਾਂ ਦੀ ਬਾਣੀ ਵਿੱਚ ਗੁਰ ਪਰਮੇਸ਼ਰ ਦੀ ਸਿਫਤ ਹੈ। ਭੱਟ ਗੁਰ ਪਰਮੇਸ਼ਰ ਦੀ ਸਿਫਤ ਕਰਦੇ ਆ, ਭੱਟਾਂ ਦੀ ਬਾਣੀ ਮੇਰੇ ਸਤਿਗੁਰਾਂ ਨੇ ਚੜ੍ਹਾਈ ਹੈ, ਗੁਰਸਿੱਖਾਂ ਦੀ ਬਾਣੀ ਮੇਰੇ ਸਤਿਗੁਰਾਂ ਨੇ ਚੜ੍ਹਾਈ ਹੈ। ਸੱਤੇ ਅਤੇ ਬਲਵੰਡੇ ਨੇ ਵਾਰ ਉਚਾਰਨ ਕੀਤੀ ਹੈ, ਪੰਕਤੀਆਂ ਆਪ ਜੀ ਨੂੰ ਯਾਦ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਗੁਰਮੁਖੋ ਇਹ ਸੱਤਾ ਅਤੇ ਬਲਵੰਡ ਜੀ ਨੇ ਮਹਾਰਾਜ ਦੀ ਮਹਿਮਾ ਵਿੱਚ ਉਚਾਰਨ ਕੀਤੀ ਵਾਰ ਹੈ। ਔਰ ਮੈਂ ਪਹਿਲਾਂ ਬੇਨਤੀ ਕੀਤੀ ਸੀ, ਬਾਣੀ ਕੋੜੀਆਂ ਦੇ ਕੋੜ ਠੀਕ ਕਰਦੀ ਹੈ। ਜਦੋਂ ਸੱਤੇ ਅਤੇ ਬਲਵੰਡੇ ਨੇ ਰਾਮ ਕਲੀ ਕੀ ਵਾਰ ਉਚਾਰੀ ਨਾ, ਫਿਰ ਉਹਨਾਂ ਦਾ ਕੋੜ ਠੀਕ ਹੋਇਆ ਸੀ। ਗੁਰਮੁਖੋ ਮਹਾਰਾਜ ਨੇ ਜਦੋਂ ਕੋੜ ਠੀਕ ਹੋਇਆ, ਮਹਾਰਾਜ ਕਹਿਣ ਲੱਗੇ ਜਦੋਂ ਜਿਸ ਜ਼ਬਾਨ ਨਾਲ ਗੁਰੂ ਦੀ ਨਿੰਦਿਆ ਕੀਤੀ ਹੈ ਨਾ, ਹੁਣ ਉਸੇ ਜ਼ਬਾਨ ਨਾਲ ਗੁਰੂ ਦੀ ਸਿਫਤ ਕਰੋ। ਉਹ ਸਿਫਤ ਕੀਤੀ, ਮੇਰੇ ਸਤਿਗੁਰਾਂ ਨੇ ਬਾਣੀ ਦਰਜ ਕੀਤੀ ਸਾਧ ਸੰਗਤ ਦੀ। ਅਖੀਰ ਰਾਗ ਮਾਲਾ ਜਦੋਂ ਮਹਾਰਾਜ ਨੇ ਉਚਾਰੀ, ਮੁੰਦਾਵਣੀ ਲਿਖੀ। ਕਈ ਵੇਰ ਸਾਡੇ ਸ਼ੰਕਾ ਕਰਦੇ ਆ ਵੀ ਰਾਗ ਮਾਲਾ ਗੁਰੂ ਕੀ ਬਾਣੀ ਨਹੀਂ ਹੈ, ਪਰ ਨਹੀਂ ਗੁਰਮੁਖੋ, ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ। ਰਾਗ ਮਾਲਾ ਜਦੋਂ ਮਹਾਰਾਜ ਨੇ ਉਚਾਰਨ ਕੀਤੀ, ਕੀ ਕਾਰਨ ਬਣਿਆ ਵੀ ਮਹਾਰਾਜ ਨੇ ਰਾਗ ਮਾਲਾ ਉਚਾਰਨ ਕੀਤੀ? ਭੋਗ ਪੈ ਗਿਆ ਸੀ ਬਾਣੀ ਦਾ, ਮੁੰਦਾਵਣੀ ਲਿਖੀ ਗਈ। ਮੁੰਦਾਵਣੀ ਦਾ ਅਰਥ ਹੁੰਦਾ ਮੋਹਰ ਲੱਗ ਗਈ। ਮੁੰਦਾਵਣੀ ਉਚਾਰ ਦਿੱਤੀ, ਮੁੰਦਾਵਣੀ ਉਚਾਰਨ ਕਰਕੇ, ਤੇਰਾ ਕੀਤਾ ਜਾਤੋਂ ਨਾਹੀ ਵਾਲਾ ਸ਼ਬਦ ਉਚਾਰਨ ਕਰਕੇ, ਸਲੋਕ ਉਚਾਰਨ ਕਰਕੇ ਮਹਾਰਾਜ ਨੇ ਸੰਪੂਰਨਤਾ ਕੀਤੀ। ਰਾਗ ਮਹਾਰਾਜ ਦੇ ਚਰਨਾਂ ਵਿੱਚ ਆਏ, ਰਾਗਾਂ ਨੇ ਮਹਾਰਾਜ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ ਹੈ ਸਾਡੀ ਵਿੱਚ। ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਪਰ ਤਰਤੀਬ ਵੀ ਲਿਖ ਦਿਓ। ਜਦੋਂ ਮਹਾਰਾਜ ਨੂੰ ਇਹ ਕਿਹਾ ਨਾ, ਭਾਵੇਂ ਮਹਾਰਾਜ ਨੇ ਮੋਹਰ ਲਾ ਦਿੱਤੀ ਸੀ, ਬਾਣੀ ਸੰਪੂਰਨ ਹੋ ਚੁੱਕੀ ਸੀ। ਇੱਥੇ ਮੈਂ ਉਦਾਹਰਣ ਦੇ ਦੇਵਾਂ, ਕੋਈ ਪਰਉਪਕਾਰੀ ਡਾਕਟਰ ਹੋਵੇ, ਗੁਰਮੁਖੋ ਆਪਣਾ ਕਲੀਨਿਕ ਬੰਦ ਕਰ ਰਿਹਾ ਹੋਵੇ, ਇੱਕਦਮ ਕੋਈ ਮਰੀਜ਼ ਆਵੇ, ਜਦੋਂ ਮਰੀਜ਼ ਆਉਂਦਾ ਡਾਕਟਰ ਨੂੰ ਕਹਿੰਦਾ ਵੀ ਮੇਰਾ ਵੀ ਇਲਾਜ ਕਰ ਦਿਓ,
ਗੁਰਮੁਖੋ ਡਾਕਟਰਾਂ ਨੂੰ ਇਹ ਨਹੀਂ ਕਹਿੰਦਾ ਵੀ ਹੁਣ ਤੂੰ ਕੱਲ੍ਹ ਆਵੀਂ ਮੈਂ ਕਲੀਨਿਕ ਬੰਦ ਕਰ ਦਿੱਤਾ ਹੈ। ਨਹੀਂ, ਡਾਕਟਰ ਦਾ ਧਰਮ ਹੈ ਉਹ ਆਪਣਾ ਉਸੇ ਵੇਲੇ ਕਲੀਨਿਕ ਦੁਬਾਰਾ ਖੋਲ੍ਹ ਕੇ ਉਸ ਪੇਸ਼ੈਂਟ ਦਾ ਮਰੀਜ਼ ਦਾ ਇਲਾਜ ਕਰਦਾ ਹੈ। ਮਹਾਰਾਜ ਨੇ ਤਾਂ ਮੋਹਰ ਲਾ ਦਿੱਤੀ ਸੀ, ਪਰ ਰਾਗ ਜਦੋਂ ਬੇਨਤੀ ਕਰਨ ਆਏ ਫਿਰ ਸਤਿਗੁਰਾਂ ਨੇ ਰਾਗ ਮਾਲਾ ਉਚਾਰਨ ਕੀਤੀ ਸੀ। ਰਾਗ ਮਾਲਾ ਦੀ ਸੰਪੂਰਨਤਾ ਵਾਲੀ ਪੰਗਤੀ ਕੀ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਿੱਥੋਂ ਹੁੰਦੀ ਹੈ? ਖਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵੀਸ। ਇਹ ਲਗਭਗ ਪੰਗਤੀਆਂ ਯਾਦ ਹੀ ਨੇ, ਕਿਉਂਕਿ ਹੋਰ ਤਾਂ ਅਖੰਡ ਪਾਠ ਨਾ ਸੁਣੀਏ, ਭੋਗ ਦੇ ਸਲੋਕ ਜ਼ਰੂਰ ਸੁਣਦੇ ਹਾਂ ਆਪਾਂ, ਉਦੋਂ ਸਾਰੇ ਆ ਕੇ ਬਹਿੰਦੇ ਆ। ਫਿਰ ਪੰਗਤੀ ਬੋਲਿਓ, ਖਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵੀਸ। ਜਦੋਂ ਇਹਦੇ ਅਰਥਦਾਸ ਨੇ ਸੁਣੇ ਨਾ ਮਹਾਂਪੁਰਖਾਂ ਦੀ ਕਥਾ ਚੋਂ, ਤੇ ਕਮਾਲ ਕੀਤੀ ਮਹਾਂਪੁਰਖਾਂ ਨੇ ਇਹਦੇ ਅਰਥਾਂ ਦੀ, ਬੜੇ ਧਿਆਨ ਨਾਲ ਸੁਣਿਓ। ਖਸ਼ਟ ਹੁੰਦਾ ਛੇ, ਛੇ ਰਾਗ ਨੇ। ਖਸ਼ਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਛੇ ਰਾਗਾਂ ਦੀਆਂ ਪੰਜ ਪੰਜ ਪਤਨੀਆਂ ਨੇ, ਤੀਹ ਉਹ ਨੇ, ਛੱਤੀ ਬਣਦੇ ਆ। ਸੰਗ ਰਾਗਨੀ ਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਵੀਸ। ਗੁਰਮੁਖੋ ਇਹ ਲਗਭਗ ਅੜਤਾਲੀ ਬਣਦੇ, ਅੜਤਾਲੀ ਤੇ ਛੱਤੀ ਚੁਰਾਸੀ ਬਣਦੇ ਆ। ਮਹਾਂਪੁਰਖਾਂ ਨੇ ਅਰਥ ਜੋ ਕੀਤੇ, ਮੈਂ ਬੇਨਤੀ ਕਰਾਂ, ਤੁਸੀਂ ਭਾਵਨਾ ਵਾਲੇ ਗੁਰਸਿੱਖ ਬੈਠੇ ਹੋ, ਮਹਾਂਪੁਰਖਾਂ ਨੇ ਕਿਹਾ ਹੈ, ਕਹਿੰਦੇ ਭਾਈ ਇੱਕ ਓਅੰਕਾਰ ਤੋਂ ਲੈ ਕੇ ਅਠਾਰਹ ਦਸ ਵੀਸ ਤੱਕ ਭਾਵਨਾ ਦੇ ਸਹਿਤ ਸਾਰੀ ਗੁਰਬਾਣੀ ਦਾ ਜਿਹੜਾ ਪਾਠ ਕਰੇਗਾ ਉਹਦੀ ਚੁਰਾਸੀ ਕੱਟੀ ਜਾਵੇਗੀ, ਚੁਰਾਸੀ ਲੱਖ ਜੂਨ ਉਹਦੀ ਕੱਟੀ ਜਾਏਗੀ। ਸ਼ੰਕਾ ਨਾ ਕਿਤੇ ਕਰ ਬੈਠੇ ਹੋ, ਗੁਰਮੁਖੋ ਗੁਰੂ ਦੀ ਬਾਣੀ ਦੀ ਕਲਾ ਅੱਜ ਵੀ ਵਰਤਦੀ ਹੈ। ਮਹਾਰਾਜ ਦੀ ਬਾਣੀ ਕਿਉਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ? ਹੁਣ ਤਾਂ ਸਾਰੇ ਕੰਮ ਸ਼ੋਰਟ ਹੋ ਗਏ ਆ, ਕੋਈ ਪੁਰਾਣੀ ਸਰੀਰ ਤਿਆਗੇ, ਪਹਿਲਾਂ ਸਹਿਜ ਪਾਠ ਕਰਦੇ ਸਨ ਸਿੰਘ, ਫਿਰ ਅਖੰਡ ਪਾਠ 'ਤੇ ਆਏ, ਹੁਣ ਅਸੀਂ ਇੰਨੇ ਬਿਜ਼ੀ ਹੋ ਗਏ ਹਾਂ, ਗੁਰਮੁਖੋ ਸੁਖਮਣੀ ਸਾਹਿਬ ਕਰਕੇ ਸਾਰ ਲੈਂਦੇ ਹਾਂ। ਪਰ ਜੇ ਤੁਸੀਂ ਅੱਜ ਮਰਿਆਦਾ ਦੇ ਉੱਤੇ ਨਾ ਪਹਿਰਾ ਦਿੱਤਾ ਤਾਂ ਮਾਫ ਕਰਿਓ, ਸਾਡੇ ਬੱਚਿਆਂ ਨੇ ਸਾਡੇ ਮਰਨ 'ਤੇ ਸਿਰਫ ਜਪਜੀ ਸਾਹਿਬ ਹੀ ਕਰਨਾ, ਉਹਨਾਂ ਕਹਿਣਾ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ, ਅਤੇ ਫਿਰ ਇਹੋ ਜਿਹਾ ਟਾਈਮ ਆ ਜਾਣਾ ਫਿਰ ਜਪਜੀ ਸਾਹਿਬ ਦੀ ਵੀ ਛੁੱਟੀ ਹੋ ਜਾਣੀ ਹੈ, ਨਾ ਕੋਈ ਅਰਦਾਸ ਹੋਣੀ ਨਾ ਜਪਜੀ ਸਾਹਿਬ ਹੀ ਹੋਣਾ, ਸਾਰਾ ਕੁਝ ਹੀ ਮੁੱਕ ਜਾਣਾ ਹੈ। ਕਿਉਂ ਬਾਣੀ ਦਾ ਪਾਠ ਕਰਦੇ ਆ? ਵੀ ਜੀਵ ਕੋਲੋਂ ਭੁੱਲਾਂ ਹੁੰਦੀਆਂ, ਇੱਕ ਓਅੰਕਾਰ ਤੋਂ ਲੈ ਕੇ ਅਠਾਰਹ ਦਸ ਵੀਸ ਤੱਕ ਸਾਰੀ ਬਾਣੀ ਦਾ ਭਾਵੇਂ ਕਰੋ ਸਹਿਜ ਪਾਠ, ਭਾਵੇਂ ਕਰੋ ਅਖੰਡ ਪਾਠ, ਪਰ ਸਾਰੀ ਬਾਣੀ ਦਾ ਪਾਠ ਕਰਕੇ ਜਦੋਂ ਅਰਦਾਸ ਕਰੀਦੀ ਹੈ ਫਿਰ ਜੀਵ ਦਾ ਭਲਾ ਹੋ ਜਾਂਦਾ ਹੈ ਜੀ। ਮੇਰੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ, ਮੈਂ ਪਹਿਲੇ ਪ੍ਰਕਾਸ਼ ਵਾਲੇ ਪਾਸੇ ਆਵਾਂ। ਫਿਰ ਮਹਾਰਾਜ ਨੇ ਜਿਲਤ ਸਾਜੀ ਕਰਾਈ ਹੈ। ਇਤਿਹਾਸ ਵਿੱਚ ਇੱਕ ਹੋਰ ਵਾਰਤਾ ਆਉਂਦੀ ਹੈ, ਜਿਲਤ ਸਾਜਣ ਵਾਸਤੇ ਮਹਾਰਾਜ ਨੇ ਭਾਈ ਬੰਨੋ ਦੀ ਡਿਊਟੀ ਲਾਈ ਸੀ। ਭਾਈ ਬੰਨੋ ਮਹਾਰਾਜ ਦਾ ਗੁਰਸਿੱਖ ਸੀ,
ਜਿੰਨੇ ਅੰਗ ਤਿਆਰ ਹੋਏ ਸਨ ਉਹਨੂੰ ਦਿੱਤੇ, ਨਾਲ ਗੁਰਸਿੱਖ ਦਿੱਤੇ ਵੀ ਜਾਓ ਲਾਹੌਰ ਤੋਂ ਜਿਲਤ ਸਾਜੀ ਕਰਾ ਕੇ ਲੈ ਕੇ ਆਓ। ਲਾਹੌਰ ਗਏ ਆ ਭਾਈ ਬੰਨੋ ਜੀ, ਦੇਖੋ ਅਜੇ ਪਹਿਲਾਂ ਪ੍ਰਕਾਸ਼ ਨਹੀਂ ਸੀ ਤਿਆਰ ਹੋਇਆ, ਪਰ ਨਕਲ ਉਦੋਂ ਹੀ ਤਿਆਰ ਹੋ ਗਈ ਸੀਗੀ। ਰਸਤੇ ਵਿੱਚ ਉਹਨੇ ਕਈ ਲਿਖਾਰੀ ਲਾ ਕੇ ਇੱਕ ਸਰੂਪ ਹੋਰ ਤਿਆਰ ਕਰ ਲਿਆ, ਜਿਸ ਕਾਰਜ ਵਾਸਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ ਸੀ ਨਾ, ਵੀ ਵਿੱਚ ਰਲਾ ਨਾ ਪੈ ਜੇ, ਬਸ ਉਹ ਕੰਮ ਭਾਈ ਬੰਨੋ ਨੇ ਕੀਤਾ। ਰਸਤੇ ਵਿੱਚ ਕੁਝ ਸ਼ਬਦ ਆਪਣੇ ਕੋਲੋਂ ਦਰਜ ਕਰਾ ਦਿੱਤੇ। ਮਹਾਰਾਜ ਨੇ ਕਿਹਾ ਇਹ ਖਾਰੀ ਬੀੜ ਹੈ। ਭਾਈ ਬੰਨੋ ਜਿਹੜੀ ਸ਼ੁੱਧ ਮਹਾਰਾਜ ਦੀ ਆਪਣੀ ਬੀੜ ਸੀਗੀ, ਜਿਲਤ ਸਾਜੀ ਹੋ ਕੇ ਲੈ ਕੇ ਆਏ ਰਾਮਸਰ ਦੀ ਧਰਤੀ ਤੇ। ਸਤਿਗੁਰਾਂ ਨੇ ਸਮੁੱਚਾ ਪੰਥ ਇਕੱਠਾ ਕੀਤਾ। ਉਦੋਂ ਕਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਸੀ, ਪਰ ਮਹਾਰਾਜ ਨੇ ਉਦੋਂ ਵੀ ਉੱਚੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਭਾਏਮਾਨ ਕਰਕੇ ਆਪ ਮੇਰੇ ਸਤਿਗੁਰੂ ਜੀ ਸੰਗਤ ਵਿੱਚ ਨੀਵੇਂ ਹੋ ਕੇ ਬੈਠੇ ਹਨ। ਸਾਰੇ ਖਾਲਸਾ ਪੰਥ ਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਸੁਣਾਈ। ਮੈਂ ਉਸ ਮਹਿਮਾ ਵਿੱਚੋਂ ਦੋ ਚਾਰ ਬੋਲ ਆਪ ਜੀ ਨੂੰ ਸਰਵਣ ਕਰਵਾ ਦਿਆਂ। ਮਹਾਰਾਜ ਨੇ ਕਿਹਾ ਸੀ, ਸਿੱਖੋ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ। ਇਹਦਾ ਭਾਵ ਇਹ ਹੈ ਸਾਡਾ ਸਰੀਰ ਸਾਰੀਆਂ ਥਾਵਾਂ ਉੱਤੇ ਸਾਰੇ ਸਮੇਂ 'ਤੇ ਨਹੀਂ ਜਾ ਸਕਦਾ। ਜੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਨੇ ਤਾਂ ਫਿਰ ਤਰਨ ਤਾਰਨ ਵਾਲੇ ਕੀ ਕਰਨਗੇ? ਤਰਨ ਤਾਰਨ ਵਾਲੇ ਕਿਵੇਂ ਦਰਸ਼ਨ ਕਰਨਗੇ ਗੁਰੂ ਦੇ? ਮਹਾਰਾਜ ਕਹਿਣ ਲੱਗੇ, ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ। ਸਾਡਾ ਸਰੀਰ ਹਰ ਥਾਂ 'ਤੇ ਹਰ ਸਮੇਂ ਨਹੀਂ ਜਾ ਸਕਦਾ, ਪਰ ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਮਹਾਰਾਜ ਕਹਿਣ ਲੱਗੇ, ਗ੍ਰੰਥ ਸਾਹਿਬ ਸਾਡਾ ਹਿਰਦਾ ਹੈ, ਇਹ ਉੱਤਮ ਨੇ, ਹਰ ਥਾਂ ਉੱਤੇ ਸਰੂਪ ਹੋਇਆ ਕਰਨਗੇ, ਹਰ ਜਗ੍ਹਾ ਉੱਤੇ ਹਰ ਸਮੇਂ ਹੋਇਆ ਕਰਨਗੇ। ਮੇਰੇ ਸਰੂਪ 'ਤੇ ਜਾਂ ਤੇ ਹੈ ਦੀਰਘ, ਉੱਤਮ ਹੈ ਸਭ ਕਾਲ ਰਹੇ ਹੈ। ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਮੇਰਾ ਸਤਿਕਾਰ ਘੱਟ ਕਰਿਓ, ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਮੇਰੇ ਤੋਂ ਵੀ ਵੱਧ ਕਰਿਓ ਜੀ। ਸਤਿਗੁਰੂ ਜੀ ਦਾ ਵਚਨ ਹੈ ਗੁਰਮੁਖੋ, ਮੇਰੇ ਤੋਂ ਵੀ ਵੱਧ ਸਤਿਕਾਰ ਮੇਰੇ ਸਰੂਪ 'ਤੇ ਜਾਂ ਤੇ ਹੈ ਦੀਰਘ। ਦੀਰਘ ਦਾ ਅਰਥ ਹੁੰਦਾ ਵੱਡਾ, ਸਾਡੇ ਤੋਂ ਵੀ ਵੱਡਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਰੂਪ। ਸਤਿਗੁਰਾਂ ਨੇ ਇਹ ਸ਼ੁਭ ਸਿੱਖਿਆ ਦੇ ਬਚਨ ਜਦੋਂ ਕਹੇ, ਮਹਾਰਾਜ ਨੇ ਫਿਰ ਇਹ ਵੀ ਬਚਨ ਕੀਤੇ, ਜੇਤਿਕ ਅਦਬ ਗ੍ਰੰਥ ਜੀ ਰੱਖੋ ਤੇਤਿਕ ਹੀ ਫਲ ਪਾਵਹਿੰਗੋ। ਸਿੱਖੋ ਜਿੰਨਾ ਸਤਿਕਾਰ ਤੇ ਅਦਬ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਖੋਗੇ, ਤੁਹਾਨੂੰ ਓਨਾ ਹੀ ਫਲ ਮਿਲੇਗਾ। ਮਹਾਰਾਜ ਅਦਬ ਰੱਖਣ ਦੀ ਨਿਸ਼ਾਨੀ ਕੀ ਹੈ? ਮਹਾਰਾਜ ਸਤਿਕਾਰ ਕਿਵੇਂ ਕਰੀਏ? ਇਸ ਬਚਨ ਨੂੰ ਗੁਰਮੁਖੋ ਧਿਆਨ ਨਾਲ ਸੁਣਿਓ। ਮਹਾਰਾਜ ਸਤਿਕਾਰ ਕਿਵੇਂ ਕਰਨਾ? ਬੀਬੀਆਂ ਨੂੰ ਵੀ ਬੇਨਤੀ ਹੈ, ਇਹਨੂੰ ਧਿਆਨ ਨਾਲ ਸੁਣਿਓ। ਮਹਾਰਾਜ ਨੇ ਕਿਹਾ ਸੀ, ਗੁਰਸਿੱਖੋ ਦੂਰੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਣ ਨਾ, ਦੂਰੋਂ ਹੀ। ਸਤਿਕਾਰ ਦੀ ਪਹਿਲੀ ਨਿਸ਼ਾਨੀ ਹੈ ਦੂਰੋਂ ਹੀ ਦਰਸ਼ਨ ਹੋ ਜਾਣ,
ਦੂਰੋਂ ਹੀ ਦਰਸ਼ਨ ਕਰਦਿਆਂ ਸਾਰ ਹੱਥ ਜੋੜ ਕੇ ਸਿਰ ਨਵਾ ਦਿਆ ਕਰੋ ਕਹਿਣ ਲੱਗੇ। ਇੱਕ ਵਾਰੀ ਜਿੰਨੇ ਬੈਠੇ ਹੋ ਨਾ ਸਾਰੇ ਹੱਥ ਜੋੜ ਕੇ ਸਿਰ ਨਵਾ ਕੇ ਕਹੋ ਸਤਨਾਮ ਸ਼੍ਰੀ। ਮਹਾਰਾਜ ਕਹਿਣ ਲੱਗੇ ਸਤਿਕਾਰ ਦੀ ਪਹਿਲੀ ਨਿਸ਼ਾਨੀ ਹੈ। ਪਰ ਮਹਾਰਾਜ ਨੇ ਫਿਰ ਬਚਨ ਕੀਤਾ, ਮਹਾਰਾਜ ਕਹਿੰਦੇ ਗੁਰਸਿੱਖੋ ਜਦੋਂ ਸਿਰ ਝੁਕਾਉਣਾ ਹੈ ਨਾ ਗ੍ਰੰਥ ਸਾਹਿਬ ਜੀ ਦੇ ਅੱਗੇ ਤੇ ਨਿਮਰੀ ਭੂਤ ਹੋ ਕੇ ਮਨੋ ਨੀਵੇਂ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਇਓ, ਕੁੱਲ ਕਾਇਨਾਤ ਦੀਆਂ ਦਾਤਾਂ ਤੁਹਾਡੀ ਝੋਲੀ ਵਿੱਚ ਪੈਣਗੀਆਂ। ਸਤਿਕਾਰ ਸਿਰ ਝੁਕਾਉਣ ਦਾ ਕੀ ਭਾਵ ਹੈ ਮੈਂ ਵਿੱਚੋਂ ਬੇਨਤੀ ਕਰ ਦੇਵਾਂ। ਕੇਵਲ ਟੂਕ ਮਾਤਰ ਬਾਬਾ ਆਨੰਦ ਸਿੰਘ ਜੀ ਗੁਰਮੁਖ ਪਿਆਰੇ ਮਹਾਂਪੁਰਖਾਂ ਦਾ ਨਾਮ ਆਪ ਜੀ ਨੇ ਸੁਣਿਆ। ਚਲੋ ਅੱਜ ਬਹੁਤ ਸਾਰੇ ਨਿੰਦਿਆ ਕਰਦੇ ਆ, ਨਿੰਦਿਆ ਕਰਨ ਵਾਲਿਆਂ ਦਾ ਕਰਮ ਹੁੰਦਾ, ਨਿੰਦਿਆ ਕਰਨ ਵਾਲੇ ਬਾਬਾ ਦੀਪ ਸਿੰਘ ਜੀ ਦੀ ਵੀ ਨਿੰਦਿਆ ਕਰੀ ਜਾਂਦੇ ਆ ਵੀ ਸਿਰ ਨਹੀਂ ਸੀ ਉਤਰਿਆ ਫੱਟ ਹੀ ਲੱਗਿਆ ਸੀ। ਨਿੰਦਿਆ ਵਾਲਿਆਂ ਦਾ ਸੁਭਾਅ ਹੁੰਦਾ ਗੁਰਮੁਖ। ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਦੇ ਚਰਨਾਂ ਵਿੱਚ ਰਹੇ ਨਾ ਉਹਨਾਂ ਦਾ ਨਾਮ ਸੀ ਬਾਬਾ ਮਹਾਂ ਹਰਨਾਮ ਸਿੰਘ। ਉਹਨਾਂ ਕੋਲ ਪ੍ਰੇਮੀ ਪਿੰਡ ਦਾ ਜੋਤਸ਼ੀ ਲੈ ਕੇ ਆਏ ਸਨ। ਕਹਿੰਦੇ ਮਹਾਂਪੁਰਖੋ ਇਹ ਵੇਖੋ ਦੁਨੀਆਂ ਨੂੰ ਉਪਾਅ ਦੱਸਦਾ ਹੈ, ਆਪ ਇਹਦੇ ਘਰ ਸੰਤਾਨ ਨਹੀਂ ਹੈ। ਉਹ ਕਹਿੰਦੇ ਤੇਰੇ ਗ੍ਰੰਥ ਕੀ ਦੱਸਦੇ ਆ ਭਾਈ? ਕਹਿੰਦੇ ਜੀ ਮੈਂ ਆਪਣੇ ਗ੍ਰੰਥ ਪੜ੍ਹੇ ਆ, ਮੇਰੇ ਗ੍ਰੰਥਾਂ 'ਚ ਲਿਖਿਆ ਸੱਤ ਜਨਮਾਂ ਤੱਕ ਸੰਤਾਨ ਦਾ ਯੋਗ ਹੀ ਨਹੀਂ ਹੈਗਾ। ਕਹਿਣ ਲੱਗੇ ਕਿਉਂਕਿ ਉਹਨਾਂ ਦੀ ਭਾਵਨਾ ਵੱਡੀ ਸੀ। ਉਹ ਕਹਿੰਦੇ ਪਿਆਰਿਆ ਤੇਰੇ ਗ੍ਰੰਥ ਕੇਵਲ ਦੱਸ ਸਕਦੇ ਆ, ਪਰ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਨਾ ਉਹ ਦੇ ਵੀ ਦਿੰਦੇ ਆ, ਉਹ ਦੱਸਦੇ ਵੀ ਨੇ ਉਹ ਦੇ ਵੀ ਦਿੰਦੇ। ਕਹਿੰਦਾ ਜੀ ਕੀ ਕਰਾਂ? ਕਹਿੰਦੇ ਰੋਜ਼ ਗੁਰਦੁਆਰੇ ਜਾਇਆ ਕਰ, ਨੇਮ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰ, ਨਾ ਸੱਜੇ ਵੇਖੀ ਨਾ ਖੱਬੇ ਵੇਖੀ, ਸਾਲ ਬਾਅਦ ਆਈ। ਗੁਰਮੁਖੋ ਉਸ ਜੋਤਸ਼ੀ ਨੇ 2 ਮਿੰਟ ਦਾ ਨੇਮ ਬਣਾ ਲਿਆ, ਰੋਜ਼ ਪਿੰਡ ਦੇ ਗੁਰਦੁਆਰੇ ਜਾਇਆ ਕਰੇ, ਮਹਾਰਾਜ ਦੇ ਦਰਸ਼ਨ ਕਰਿਆ ਕਰੇ ਹੱਥ ਜੋੜ ਕੇ, ਨਾ ਸੱਜੇ ਨਾ ਖੱਬੇ, ਸਿੱਧਾ ਗੁਰੂ ਗ੍ਰੰਥ ਸਾਹਿਬ ਨੂੰ ਵੇਖਦਾ, ਜਿਹੜਾ ਕਹਿੰਦਾ ਸੀ ਸੱਤ ਜਨਮਾਂ ਤੱਕ ਸੰਤਾਨ ਦਾ ਯੋਗ ਹੀ ਨਹੀਂ ਹੈਗਾ, 2 ਪੁੱਤਰ ਜੋੜੇ ਪੈਦਾ ਹੋਏ ਸਨ ਜੀ। ਇਹ ਮਹਾਰਾਜ ਦੇ ਦਰਸ਼ਨਾਂ ਦਾ ਪ੍ਰਤਾਪ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਸਾਰੇ ਪੰਥ ਨੂੰ ਸੱਦਿਆ, ਫਿਰ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ, ਬਾਬਾ ਜੀ ਬਾਣੀ ਸਭ ਤੋਂ ਉੱਤਮ ਹੈ, ਬਾਣੀ ਦਾ ਪ੍ਰਕਾਸ਼ ਕਿੱਥੇ ਕਰੀਏ? ਮਹਾਰਾਜ ਸਤਿਗੁਰੂ ਜੀ ਆਪ ਜੀ ਦਾ ਬਚਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵ ਡੇਵਰ ਨਾ ਕੋਏ। ਬਾਣੀ ਉੱਤਮ ਹੈ, ਸਤਿਗੁਰੂ ਜੀ ਦਾ ਪ੍ਰਕਾਸ਼ ਕਰਨਾ ਸਾਰੇ ਸੰਸਾਰ 'ਚੋਂ, ਜੇ ਸਭ ਤੋਂ ਉੱਤਮ ਕੋਈ ਧਰਤੀ ਹੈ ਮਹਾਰਾਜ ਉਹ ਹਰਿਮੰਦਰ ਦੀ ਧਰਤੀ ਹੈ, ਜੇ ਬਾਣੀ ਦਾ ਪ੍ਰਕਾਸ਼ ਕਰਨਾ ਤਾਂ ਹਰਿਮੰਦਰ ਸਾਹਿਬ ਕੀਤਾ ਜਾਵੇ ਜੀ। ਮਹਾਰਾਜ ਕਹਿਣ ਲੱਗੇ ਹਾਂ ਬਾਬਾ ਬੁੱਢਾ ਜੀ ਬਿਲਕੁਲ ਠੀਕ ਆਪ ਜੀ ਨੇ ਫੁਰਮਾਇਆ, ਕੱਲ੍ਹ ਨੂੰ ਬਾਣੀ ਦਾ ਪ੍ਰਕਾਸ਼ ਹਰਿਮੰਦਰ ਦੇ ਅੰਦਰ ਕਰਾਂਗੇ, ਦਰਬਾਰ ਸਾਹਿਬ ਨੂੰ ਚੰਗੀ ਤਰ੍ਹਾਂ ਸਜਾ ਦਿਓ। ਗੁਰਮੁਖੋ ਫੁੱਲਾਂ ਦੀਆਂ ਮਾਲਾ ਦਰਬਾਰ ਸਾਹਿਬ ਲਾਈਆਂ, ਅੱਜ ਵੀ ਵੇਖੋ ਕਿੱਡਾ ਸੋਹਣਾ ਦਰਬਾਰ ਸਾਹਿਬ ਸਜਾਇਆ ਗਿਆ। ਪਰ ਕਈ ਨਾ ਫੇਸਬੁੱਕੀ ਜਿਹੜੇ ਆ ਉਹ ਕਹਿੰਦੇ ਜੀ ਵੇਖੋ ਫੁੱਲ ਲਾਉਣ ਦੀ ਕੀ ਲੋੜ ਹੈ, ਇੰਨਾ ਪੈਸਾ ਵੇਸਟ ਕਰ ਲਿਆ। ਨਹੀਂ ਗੁਰਮੁਖੋ,
ਐਸੀ ਗੱਲ ਨਹੀਂ ਹੈ, ਗੁਰਸਿੱਖਾਂ ਦੇ ਭਾਵਨਾ ਦੀ ਗੱਲ ਹੈ। ਉਦੋਂ ਵੀ ਫੁੱਲ ਮਾਲਾ ਲਾਈਆਂ ਸਨ, ਦਰਬਾਰ ਸਾਹਿਬ ਸਜਾਇਆ ਗਿਆ। ਅਗਲਾ ਦਿਨ ਚੜ੍ਹਦਾ, ਅੰਮ੍ਰਿਤ ਵੇਲੇ ਮਹਾਰਾਜ ਵਿਚਾਰ ਕਰਦੇ ਆ ਗ੍ਰੰਥ ਸਾਹਿਬ ਦਾ ਗ੍ਰੰਥੀ ਕਿਹਨੂੰ ਥਾਪੀਏ। ਜਿੱਥੇ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ ਨਾ ਗੁਰਮੁਖੋ, ਉੱਥੇ ਅੱਜ ਗ੍ਰੰਥੀ ਦਿਵਸ ਵੀ ਹੈ, ਗ੍ਰੰਥੀਆਂ ਦਾ ਦਿਨ ਵੀ ਹੈ। ਗ੍ਰੰਥੀ ਕਿਹਨੂੰ ਸਾਜਣਾ? ਸੋਢੀ ਤੇਹਣ ਭੱਲੇ ਬੰਸ, ਸਾਰੇ ਬੈਠੇ ਸਨ। ਮਹਾਰਾਜ ਨੇ ਕਿਹਾ ਜੇ ਭੱਲਿਆਂ ਨੂੰ ਬਣਾਇਆ ਗ੍ਰੰਥੀ, ਉਹਨਾਂ ਦੇ ਮਨ ਵਿੱਚ ਮਾਣ ਆ ਜਾਏਗਾ ਕਿ ਸਾਡੇ ਗੁਰੂ ਦੀ ਬਾਣੀ ਹੈ, ਗ੍ਰੰਥ ਸਾਡਾ ਹੀ ਹੈ। ਬੇਦੀਆਂ ਨੇ ਕਹਿਣਾ ਹੈ ਸਾਡੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗ੍ਰੰਥ ਤਾਂ ਸਾਡਾ ਹੈ। ਨਿਜ ਕੁੱਲ ਕੋ ਇਨਕੋ ਹੰਕਾਰਾ, ਕਰ ਨਾ ਸਕਹੇਂਗੇ ਸੇਵ ਉਦਾਰਾ। ਬਾਣੀ ਦਾ ਸਤਿਕਾਰ ਨਹੀਂ ਕਰ ਪਾਉਣਗੇ, ਕੁੱਲ ਦਾ ਮਾਣ ਹੋਏਗਾ। ਇਹ ਸੇਵਕ ਕੀ ਵਸਤ ਸਦੇਵਾ, ਨਿਰਹੰਕਾਰ ਜਿਨਹੋ ਮਨ ਨੀਵਾ। ਗ੍ਰੰਥ ਸਾਹਿਬ ਦਾ ਤਾਂ ਗ੍ਰੰਥੀ ਉਹ ਹੋਵੇ ਜਿਹਦੇ ਮਨ ਵਿੱਚ ਬਿਲਕੁਲ ਹਉਮੈ ਨਾ ਹੋਵੇ। ਗੁਰਮੁਖੋ, ਗ੍ਰੰਥੀ ਸਿੰਘ ਚਾਹੀਦਾ ਵੀ ਉਹ ਹੈ ਜਿਹੜਾ ਹਉਮੈ ਤੋਂ ਰਹਿਤ ਹੋਵੇ, ਜਿਹਦਾ ਮਨ ਬਹੁਤ ਨੀਵਾਂ ਹੋਵੇ, ਜਿਹਦੇ ਭਾਈ ਸਾਹਿਬ ਦੇ ਦਰਸ਼ਨ ਕੀਤਿਆਂ ਹੀ ਜੀਵ ਦਾ ਭਲਾ ਹੋ ਜਾਏ। ਅਜੂਬ ਖਾਂ ਰਾਸ਼ਟਰਪਤੀ ਬਣਿਆ ਸੀ ਨਾ, ਇੱਕ ਗ੍ਰੰਥੀ ਸਿੰਘ ਨੇ ਹੀ ਉਹਦਾ ਜੀਵਨ ਬਦਲਿਆ ਸੀ। ਗ੍ਰੰਥੀ ਸਿੰਘ ਨੇ ਕਿਹਾ ਸੀ ਲੈ ਫਿਰ ਮੂਲ ਮੰਤਰ ਜਪਿਆ ਕਰ ਕਾਕਾ। ਗ੍ਰੰਥੀ ਕਿਹਨੂੰ ਥਾਪਣਾ ਹੈ? ਮਹਾਰਾਜ ਦਾ ਧਿਆਨ ਬਾਬਾ ਬੁੱਢਾ ਸਾਹਿਬ 'ਤੇ ਗਿਆ। ਚਾਰ ਗੁਰੂ ਕੀ ਸੇਵਾ ਕਰੀ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਸੇਵਾ ਕੀਤੀ ਹੈ। ਅੰਮ੍ਰਿਤ ਵੇਲਾ ਹੋਇਆ, ਬਾਬਾ ਬੁੱਢਾ ਜੀ ਸਭ ਤੋਂ ਮਗਰ ਬੈਠੇ ਹੈ। ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਆਵਾਜ਼ ਮਾਰੀ, ਬਾਬਾ ਜੀ ਅੱਜ ਅੱਗੇ ਆਓ। ਬੁੱਢਾ, ਨਿਜ ਸਿਰ ਪਰ ਧਰ ਗ੍ਰੰਥ, ਚਲੋ ਅਗਾਰੀ ਸੁਧਾ ਸਰਪੰਥ। ਬਾਬਾ ਬੁੱਢਾ ਜੀ ਆਪਣੇ ਸੀਸ 'ਤੇ ਸਰੂਪ ਰੱਖੋ, ਮੈਂ ਵੈਸੇ ਬੇਨਤੀ ਕਰ ਦੇਵਾਂ, ਅੱਜ ਜਿਹਦੇ ਮਰਜ਼ੀ ਸਿਰ 'ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਦਿੰਦੇ ਗੁਰਮੁਖੋ, ਜਿਹਦੇ ਮਰਜ਼ੀ ਸਿਰ 'ਤੇ। ਬਿਲਕੁਲ ਗੁਰਸਿੱਖੀ ਤੋਂ ਕੋਰਾ ਹੁੰਦਾ ਉਹਦੇ ਸੀਸ 'ਤੇ ਮਹਾਰਾਜ ਦਾ ਸਰੂਪ ਰੱਖ ਦਿੰਦੇ ਹਾਂ। ਰਾਤ ਉਹਨੇ ਸ਼ਰਾਬ ਪੀਤੀ ਹੁੰਦੀ ਹੈ, ਦਿਨੇ ਉਹ ਨਹਾ ਆਉਂਦਾ, ਅਤੇ ਗ੍ਰੰਥੀ ਸਿੰਘ ਵੀ ਉਹਦੇ ਸਰੀਰ ਸੀਸ 'ਤੇ ਸਰੂਪ ਰੱਖ ਦਿੰਦੇ ਆ। ਗੁਰਮੁਖੋ, ਗੁਰੂ ਅਰਜਨ ਸਾਹਿਬ ਨੇ ਜੇ ਸਿਰ ਲੱਭਿਆ ਤਾਂ ਬਾਬਾ ਬੁੱਢਾ ਜੀ ਦਾ ਲੱਭਿਆ ਸੀ। ਐਡੀ ਮਹਾਨ ਹਸਤੀ ਚਾਹੀਦੀ ਹੈ ਜਿਹਦੇ ਸੀਸ 'ਤੇ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਕਰਨਾ। ਬਾਬਾ ਬੁੱਢਾ ਸਾਹਿਬ ਦਾ ਸਿਰ ਕਿਹੜਾ ਸਿਰ ਹੈ? ਗੁਰਮੁਖੋ, ਜਦੋਂ ਕਿਸੇ ਸਰੀਰ ਵਿੱਚ ਗੁਰੂ ਦੀ ਜੋਤ ਪ੍ਰਵੇਸ਼ ਹੁੰਦੀ, ਜੇ ਗੁਰੂ ਅੰਗਦ ਸਾਹਿਬ ਬਣੇ ਹੈ, ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦਾ ਸਿਰ ਚੁੱਕਿਆ। ਗੁਰਤਾ ਗੱਦੀ ਦੀ ਜੋਤ ਗੁਰੂ ਅਮਰਦਾਸ ਸਾਹਿਬ ਵਿੱਚ ਪ੍ਰਵੇਸ਼ ਹੋਈ, ਗੁਰੂ ਰਾਮਦਾਸ ਸਾਹਿਬ ਵਿੱਚ ਪ੍ਰਵੇਸ਼ ਹੋਈ, ਸਭ ਤੋਂ ਪਹਿਲਾਂ ਸਿਰ ਬਾਬਾ ਬੁੱਢਾ ਜੀ ਦਾ ਚੁੱਕਿਆ। ਅੱਜ ਗੁਰੂ ਸ਼ਬਦ ਵਿੱਚ ਸ਼ਬਦ ਰੂਪ ਵਿੱਚ ਆਇਆ ਅਤੇ ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਦੇ ਸੀਸ ਉੱਤੇ ਹੀ ਸੁਭਾਇਮਾਨ ਕੀਤੇ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਸੀਸ 'ਤੇ ਰੱਖਿਆ। ਪਹਿਲਾ ਨਗਰ ਕੀਰਤਨ ਹੈ ਸਾਡਾ। ਕਈ ਇਹ ਵੀ ਵੇਖੋ ਕਹਿ ਦਿੰਦੇ ਆ ਜੀ ਇਹ ਜਿਹੜੇ ਨਗਰ ਕੀਰਤਨ ਕੱਢਦੇ ਆ ਫਜ਼ੂਲ ਖਰਚਾ ਹੈ। ਗੁਰੂ ਸਾਹਿਬ ਦਸਾਂ ਗੁਰੂਆਂ ਨੇ ਤਾਂ ਕਿਤੇ ਨਗਰ ਕੀਰਤਨ ਨਹੀਂ ਕੱਢਿਆ। ਗੁਰਮੁਖੋ, ਪਹਿਲਾ ਨਗਰ ਕੀਰਤਨ ਕੱਢਿਆ ਹੀ ਮਹਾਰਾਜ ਨੇ ਅੱਜ ਸੀਗਾ।
ਉਸ ਤੋਂ ਬਾਅਦ ਜਦੋਂ ਛੇਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਕਿਤੇ ਸ਼ਾਨੋ ਸ਼ੌਕਤ ਦੇ ਨਾਲ ਜਾਂਦੇ, ਉਹ ਨਗਰ ਕੀਰਤਨ ਹੀ ਹੁੰਦਾ ਸੀਗਾ। ਬਾਬਾ ਬੁੱਢਾ ਜੀ ਦੇ ਸੀਸ ਤੇ ਸਰੂਪ ਹੈ, ਚੌਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਆਪਣੇ ਸੀ ਹੱਥ ਵਿੱਚ ਲਿਆ। ਮੈਂ ਬੇਨਤੀ ਕਰਾਂ ਅੱਗੇ ਚੌਰ ਗੁਰੂ ਅਰਜਨ ਸਾਹਿਬ ਦੇ ਸੀਸ ਉੱਤੇ ਸਿੱਖ ਕਰਦੇ ਸਨ। ਮਹਾਰਾਜ ਨੇ ਉਹ ਚੌਰ ਨਹੀਂ ਲਿਆ ਹੱਥ ਵਿੱਚ ਜਿਹੜਾ ਗੁਰੂ ਦੇ ਸੀਸ ਤੇ ਹੁੰਦਾ ਸੀ। ਮਹਾਰਾਜ ਨੇ ਕਿਹਾ ਸੀ ਨਵਾਂ ਚੌਰ ਬਣਾਓ, ਨਵਾਂ ਚੌਰ ਕਰਨਾ ਹੈ, ਸਾਡੇ ਸਿਰ ਵਾਲਾ ਨਹੀਂ ਕਰਨਾ। ਹੱਥ ਵਿੱਚ ਚੌਰ ਲਿਆ, ਛੇਵੇਂ ਪਾਤਸ਼ਾਹ ਉਦੋਂ 6 ਕੁ ਸਾਲਾਂ ਦੇ ਸਨ, ਉਹ ਵੀ ਸੰਗਤ ਵਿੱਚ ਨਾਲ ਸਨ। ਨਗਰ ਕੀਰਤਨ ਕਰਦੇ, ਬਾਣੀ ਪੜ੍ਹਦੇ ਹਰਿਮੰਦਰ ਸਾਹਿਬ ਪਹੁੰਚੇ ਹੈ। ਕਈ ਇਹ ਵੀ ਵਿਚਾਰ ਕਰਦੇ ਆ ਜੀ ਵੇਖੋ ਦਰਬਾਰ ਸਾਹਿਬ ਪ੍ਰਕਾਸ਼ ਲੇਟ ਹੁੰਦਾ, ਨਹੀਂ ਗੁਰਮੁਖੋ ਜਦੋਂ ਪਹਿਲੀ ਵਾਰੀ ਪ੍ਰਕਾਸ਼ ਹੋਇਆ ਉਦੋਂ ਆਸਾ ਦੀ ਵਾਰ ਹੋ ਰਹੀ ਸੀਗੀ। ਵਾਰ ਭੋਗ ਕੋ ਸੁਨ ਮਨ ਲਾਈ, ਸ਼੍ਰੀ ਅਰਜਨ ਤਬ ਗਿਰਾ ਅਲਾਈ, ਗ੍ਰੰਥ ਸਾਹਿਬ ਮੰਜੀ ਪਰ ਥਾਪ। ਗ੍ਰੰਥ ਸਾਹਿਬ ਮੰਜੀ ਤੇ ਥਾਪੇ, ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ ਬਿਠਾ ਕੇ ਮਹਾਰਾਜ ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਗ੍ਰੰਥ ਸਾਹਿਬ ਖੋਲੋ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਸਾਰਾ ਪੰਥ ਹੁਕਮ ਸੁਣੇਗਾ। ਗੁਰਮੁਖੋ ਅੱਜ ਵੀ ਭਾਵੇਂ ਹੋਰ ਵੀ ਗੁਰ ਅਸਥਾਨ ਨੇ, ਤਖਤ ਨੇ, ਪਰ ਜਿੰਨਾ ਸਤਿਕਾਰ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਦਾ ਪੰਥ ਵਿੱਚ ਹੈ ਨਾ, ਉਹ ਆਪਣੇ ਆਪ ਵਿੱਚ ਹੀ ਮਹਾਨ ਹੈ। ਸਾਧ ਜੀ ਸੁਣੇ ਸਭ ਪੰਥ, ਅੱਜ ਵੀ ਸਾਰਾ ਪੰਥ ਹੁਕਮਨਾਮਾ ਸੁਣਦਾ। ਅੱਜ ਦਾ ਦਰਬਾਰ ਸਾਹਿਬ ਦਾ ਕੀ ਹੁਕਮਨਾਮਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ। ਇਹ ਅੱਜ ਦਾ ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਦਾ ਸਾਰੇ ਪੰਥ ਨੇ ਸੁਣਿਆ। ਉਦੋਂ ਮਹਾਰਾਜ ਨੇ ਕਿਹਾ ਸੀ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੇ ਸਭ ਪੰਥ, ਅਦਬ ਸੰਗ ਜਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਪ੍ਰਕਾਸ਼ ਪਤਾ ਨਹੀਂ ਕਿੰਨੇ ਅਦਬ ਦੇ ਨਾਲ ਬਾਬਾ ਜੀ ਨੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ ਹੋਵੇਗਾ। ਛੰਤ ਆਏ ਸੂਹੀ ਰਾਗ ਦੇ, ਇਹ ਛੰਤਾਂ ਵਿੱਚ ਆਉਂਦਾ ਹੈ ਸ਼ਬਦ, ਜਿਹੜਾ ਆਪਾਂ ਪੜ੍ਹਦੇ ਨਾ, ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਉਹ ਇਹਨਾਂ ਛੰਤਾਂ ਵਿੱਚ ਹੀ ਹੈ। ਵੇਖੋ ਮੇਰੇ ਬਾਜਾਂ ਵਾਲੇ ਸਤਿਗੁਰਾਂ ਨੇ ਹਜ਼ੂਰ ਸਾਹਿਬ ਨੰਦੇੜ ਦਾ ਨਾਮ ਰੱਖਣਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ 'ਤੇ ਰੱਖਿਆ ਜੀ। ਕਿੰਨਾ ਸਤਿਕਾਰ ਮੇਰੇ ਸਤਿਗੁਰੂ ਜੀ ਕਰਦੇ। ਜਦੋਂ ਸੂਹੀ ਮਹੱਲਾ ਪੰਜਵਾਂ ਪੜ੍ਹਿਆ ਨਾ ਸੰਤਾਂ ਕੇ ਕਾਰਜ, ਚਾਰ ਛੰਤ ਪੜ੍ਹੇ, ਸਮਾਪਤੀ ਕੀਤੀ, ਗੁਰੂ ਅਰਜਨ ਸਾਹਿਬ ਨੇ ਇਹ ਨਹੀਂ ਕਿਹਾ ਵੀ ਇਹ ਤਾਂ ਮੇਰੀ ਬਾਣੀ ਹੈ, ਇਹ ਤਾਂ ਮੈਂ ਹੀ ਉਚਾਰਿਆ ਸ਼ਬਦ ਹੈ, ਨਹੀਂ ਗੁਰਮੁਖੋ, ਗੁਰੂ ਅਰਜਨ ਸਾਹਿਬ ਨੇ ਸਿਰ ਨਵਾ ਕੇ ਸਤਿਕਾਰ ਕੀਤਾ ਜੀ। ਇਹ ਪਹਿਲਾ ਹੁਕਮ।
ਔਰ ਵੇਖੋ ਪਹਿਲਾ ਮੁੱਖ ਵਾਕ ਮੇਰੇ ਸਤਿਗੁਰਾਂ ਨੇ ਬੰਦਗੀ ਵਾਲਿਆਂ ਉੱਤੇ ਬਖਸ਼ਿਆ। ਇਹ ਜਿਹੜਾ ਸ਼ਬਦ ਹੈ ਨਾ ਸੰਤਾਂ ਕੇ ਕਾਰਜ ਆਪ ਖਲੋਇਆ, ਇਹ ਸ਼ਬਦ ਉਚਾਰਿਆ ਵੀ ਮਹਾਰਾਜ ਨੇ ਹਰਿਮੰਦਰ ਸਾਹਿਬ ਹਰ ਕੀ ਪੌੜੀ ਸੀਗਾ ਜੀ। ਜਦੋਂ ਅਕਾਲ ਪੁਰਖ ਜੀ ਹਰ ਕੀ ਪੌੜੀ ਦਾ ਕੜ ਤੋੜਨ ਵਾਸਤੇ, ਆਪ ਸੇਵਾ ਕਰਨ ਵਾਸਤੇ ਹਰਿਮੰਦਰ ਸਾਹਿਬ ਆਏ ਸਨ, ਸੰਪੂਰਨ ਹੋਇਆ ਹੁਕਮਨਾਮਾ। ਕਹਿੰਦੇ ਬਾਬਾ ਬੁੱਢਾ ਸਾਹਿਬ ਦੀ ਆਵਾਜ਼ 'ਚ ਇੰਨਾ ਰਸ ਹੈ, ਆਸੇ ਪਾਸੇ ਪੰਛੀ ਵੀ ਉੱਡਦੇ ਬਹਿ ਗਏ ਸਨ ਬਾਬਾ ਬੁੱਢਾ ਜੀ ਦੇ ਮੁੱਖ ਤੋਂ ਬਾਣੀ ਸੁਣਨ ਵਾਸਤੇ। ਮੇਰੇ ਸਤਿਗੁਰਾਂ ਨੇ ਹਰਿਮੰਦਰ ਸਾਹਿਬ ਦੀ ਰਚਨਾ ਹੀ ਇਸ ਹਿਸਾਬ ਨਾਲ ਕੀਤੀ ਹੈ। ਨਾ ਵੀ ਸਪੀਕਰ ਹੋਣ ਨਾ, ਸਪੀਕਰ ਤਾਂ ਹੋਣ ਪਰ ਦਰਬਾਰ ਸਾਹਿਬ ਉੱਚੀ ਆਵਾਜ਼ ਵਿੱਚ ਜੇ ਕੋਈ ਬਾਣੀ ਪੜ੍ਹੇ ਤਾਂ ਸਰੋਵਰ ਦੀਆਂ ਤਰੰਗਾਂ ਤੱਕ, ਬਾਹਰਲੀ ਵੱਡੀ ਪਰਿਕਰਮਾ ਤੱਕ ਬਿਨਾਂ ਸਪੀਕਰਾਂ ਤੋਂ ਆਵਾਜ਼ ਜਾਂਦੀ ਹੁੰਦੀ ਸੀਗੀ ਜੀ। ਉਦੋਂ ਦੇ ਇਤਿਹਾਸ ਪੜ੍ਹੋ ਨਾ, ਕੀਰਤਨ ਅੰਦਰ ਹੁੰਦਾ, ਬਾਹਰ ਸਰੋਵਰ ਦੀ ਪਰਿਕਰਮਾ 'ਚ ਬੈਠ ਕੇ ਗੁਰਸਿੱਖ ਸੁਣ ਲੈਂਦੇ ਸਨ। ਇੱਕ ਤਾਂ ਉਹਨਾਂ ਦੇ ਗਲੇ ਮਜ਼ਬੂਤ ਸਨ, ਇੱਕ ਮਹਾਰਾਜ ਨੇ ਹਰਿਮੰਦਰ ਦੀ ਰਚਨਾ ਇਸ ਹਿਸਾਬ ਨਾਲ ਕੀਤੀ। ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿੰਦੇ, ਬਾਬਾ ਜੀ ਹੁਣ ਬੀੜ ਤੋਂ ਜਪਜੀ ਸਾਹਿਬ ਦਾ ਪਾਠ ਸੁਣਾਓ ਸਾਨੂੰ, ਉਸ ਤਰੀਕੇ ਨਾਲ ਸੁਣਾਇਓ ਜਿਵੇਂ ਤੁਸੀਂ ਕਰਤਾਰਪੁਰ ਦੀ ਧਰਤੀ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਜਪਜੀ ਸਾਹਿਬ ਦਾ ਪਾਠ ਸੁਣਦੇ ਸੀ। ਬਾਬਾ ਜੀ ਨੇ ਪਾਠ ਕੀਤਾ, ਗ੍ਰੰਥੀ ਦੀ ਪਦਵੀ ਨਾਲ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ। ਅੱਜ ਵੀ ਹਰਿਮੰਦਰ ਸਾਹਿਬ ਜਦੋਂ ਕਿਸੇ ਨੂੰ ਗ੍ਰੰਥੀ ਥਾਪਦੇ ਆ ਨਾ, ਬਕਾਇਦਾ ਉਹਦੀ ਤਾਜਪੋਸ਼ੀ ਹੁੰਦੀ ਹੈ ਤਾਂ ਉਹਨੂੰ ਗ੍ਰੰਥੀ ਥਾਪਦੇ ਆ। ਫਿਰ ਸਾਧ ਸੰਗਤ ਜੀ, ਸੁਖਾਸਨ ਦੀ ਗੱਲ ਆਈ, ਰਾਤ ਪੋਥੀ ਸਾਹਿਬ ਦਾ ਸਤਿਕਾਰ, ਸੁਖਾਸਨ ਕਿੱਥੇ ਕਰਨਾ, ਯੋਗ ਜਗ੍ਹਾ ਜਗ੍ਹਾ ਨਹੀਂ ਲੱਭ ਰਹੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਆ, ਇਹ ਕੋਠਾ ਸੀਗਾ ਉਦੋਂ, ਅਕਾਲ ਤਖਤ ਸਾਹਿਬ ਨਹੀਂ ਸੀਗਾ ਉਦੋਂ, ਇਹ ਤਾਂ ਛੇਵੇਂ ਪਾਤਸ਼ਾਹ ਨੇ ਬਣਾਇਆ, ਉੱਚਾ ਥਾਨ ਸੀ, ਕੋਠਾ ਬਣਿਆ ਸੀ ਉੱਥੇ। ਮਹਾਰਾਜ ਕਹਿੰਦੇ ਸਾਡੇ ਪਲੰਘੇ 'ਤੇ ਪੋਥੀ ਸਾਹਿਬ ਦਾ ਸੁਖਾਸਨ ਕਰਨਾ, ਮਹਾਰਾਜ ਆਪ ਜੀ ਦਾ ਵਿਸ਼ਰਾਮ ਕਿੱਥੇ ਹੋਏਗਾ। ਸਤਿਗੁਰੂ ਕਹਿਣ ਲੱਗੇ, ਸਾਡਾ ਵਿਸ਼ਰਾਮ, ਸਾਡਾ ਆਸਣ ਪੋਥੀ ਸਾਹਿਬ ਦੇ ਪਲੰਘੇ ਦੇ ਹੇਠਾਂ ਲਾ ਦਿਓ ਜੀ। ਅੱਜ ਵੀ ਤੁਸੀਂ ਆਪਣੇ ਘਰ ਵਿੱਚ ਕਿਸੇ ਪਲੰਘੇ ਦੇ ਹੇਠਾਂ ਲੰਮੇ ਨਹੀਂ ਜੇ ਪੈ ਸਕਦੇ। ਧੰਨ ਗੁਰੂ ਅਰਜਨ ਸਾਹਿਬ, ਮੈਂ ਕਥਾ ਦੀ ਆਰੰਭਤਾ 'ਤੇ ਬੇਨਤੀ ਕੀਤੀ ਸੀ, ਜਿੰਨਾ ਸਤਿਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਕੀਤਾ ਗੁਰਮੁਖੋ, ਉਨਾ ਅਸੀਂ ਨਹੀਂ ਕਰ ਸਕਦੇ। ਪਰ ਯਤਨ ਕਰਿਆ ਕਰੋ, ਅੱਜ ਤੋਂ ਆਪਣੇ ਮਨ 'ਚ ਭਾਵਨਾ ਬਣਾਓ, ਜੇ ਤੁਹਾਡੇ ਘਰ ਗੁਰਬਾਣੀ ਦੀ ਪੋਥੀ ਹੈ ਨਾ ਗੁਰਮੁਖੋ, ਉਸ ਪੋਥੀ ਨੂੰ ਸਤਿਕਾਰ ਦੇ ਨਾਲ ਰੱਖਣਾ, ਉਸ ਪੋਥੀ ਨੂੰ ਨਮਸਕਾਰ ਕਰਨੀ, ਉਸ ਪੋਥੀ ਵਿੱਚੋਂ ਬਾਣੀ ਦਾ ਪਾਠ ਕਰਨਾ। ਅਖੀਰ ਤੇ ਮੈਂ ਬੇਨਤੀ ਕਰ ਦੇਵਾਂ, ਗੁਰਮੁਖੋ ਕੇਵਲ ਬਾਣੀ ਦਾ ਪ੍ਰਕਾਸ਼ ਦਿਵਸ ਨਹੀਂ ਮਨਾਉਣਾ, ਇਹ ਬਾਣੀ ਤੁਹਾਡੇ ਹਿਰਦੇ ਵਿੱਚ ਵੀ ਆਵੇ, ਬਾਣੀ ਦਾ ਪ੍ਰਕਾਸ਼ ਆਪਣੇ ਹਿਰਦੇ ਵਿੱਚ ਵੀ ਕਰਨਾ। ਬਾਣੀ ਹਿਰਦੇ 'ਚ ਕਿਵੇਂ ਆਏਗੀ, ਬੜਾ ਵੱਡਾ ਸਵਾਲ ਹੈ ਭਾਈ ਸਾਹਿਬ, ਬਾਣੀ ਦਾ ਪ੍ਰਕਾਸ਼ ਸਾਡੇ ਹਿਰਦੇ 'ਚ ਕਿਵੇਂ ਹੋਏਗਾ। ਬਾਬਾ ਦੀਪ ਸਿੰਘ ਜੀ ਦੇ ਹਿਰਦੇ 'ਚ ਬਾਣੀ ਦਾ ਪ੍ਰਕਾਸ਼ ਹੈ ਗੁਰਮੁਖੋ, ਤਾਂਹੀਓ ਅੱਜ ਦੁਨੀਆ ਜੈ ਜੈਕਾਰਾਂ ਕਰਦੀ ਹੈ।
ਬਾਣੀ ਦਾ ਪ੍ਰਕਾਸ਼ ਹੋਏਗਾ ਜਦੋਂ ਬਾਣੀ ਨੂੰ ਬਾਰ ਬਾਰ ਅਭਿਆਸ ਕਰੋਗੇ, ਬਾਣੀ ਨੂੰ ਪਿਆਰ ਨਾਲ ਪੜੋਗੇ। ਇਹ ਬਾਣੀ ਇੰਨੀ ਸਮਰੱਥ ਹੈ, ਜਿਹੜਾ ਪਿਆਰ ਨਾਲ ਗੁਰਬਾਣੀ ਦਾ ਪਾਠ ਕਰਦਾ, ਗੁਰਬਾਣੀ ਜਨਮ ਅਤੇ ਮਰਨ ਕੱਟ ਦਿੰਦੀ। ਸਾਧ ਸੰਗਤ ਜੀ, ਜਨਮ ਮਰਨ ਕੱਟਣ ਦੀ ਸਮਰੱਥ ਹੈ ਗੁਰੂ ਕੀ ਬਾਣੀ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। 2 ਮਿੰਟ ਰਹਿ ਗਏ ਆ, 2 ਮਿੰਟਾਂ 'ਚ ਇੱਕ ਨਿੱਕੀ ਜਿਹੀ ਬੇਨਤੀ ਕਰਕੇ ਖਿਮਾ ਮੰਗਦਾ। ਮਹਾਰਾਜ ਸਤਿਗੁਰੂ ਜੀ ਨੂੰ ਹੁਮਾ ਪੰਛੀ ਦੇ ਖੰਭ ਭੇਟਾ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੂੰ। ਮੇਰੇ ਸਤਿਗੁਰਾਂ ਨੇ ਤੀਰਾਂ ਦੇ ਨਾਲ ਲਾਏ, 5 ਸਿੰਘ ਵਾਹਿਗੁਰੂ 5 ਤੀਰ ਉੱਤੇ ਛੱਡੇ, ਕਈ 100 ਸਿੰਘਾਂ ਦੀ ਡਿਊਟੀ ਲਾਈ ਵੀ ਤੁਸੀਂ ਵੇਖਣਾ ਵੀ ਤੀਰ ਕਿੱਥੇ ਜਾਂਦੇ ਆ। ਤੀਰ ਉੱਪਰ ਆਕਾਸ਼ ਵਿੱਚ ਗਏ, ਮੁੜ ਵਾਪਸ ਨਹੀਂ ਆਏ। ਸਿੰਘ ਇੱਕ ਪਹਿਰ 3.5 ਘੰਟੇ ਤੀਰ ਉਡੀਕਦੇ ਰਹੇ, ਕਹਿੰਦੇ ਮਹਾਰਾਜ ਤੀਰ ਵਾਪਸ ਨਹੀਂ ਆਏ। ਮਹਾਰਾਜ ਕਹਿਣ ਲੱਗੇ, ਖੰਭ ਹੁਮਾ ਪੰਛੀ ਦੇ ਸਨ। ਜਿਸ ਲੋਕ ਵਿੱਚ ਹੁਮਾ ਪੰਛੀ ਰਹਿੰਦਾ, ਖੰਭ ਤੀਰਾਂ ਨੂੰ ਉੱਥੇ ਲੈ ਗਏ ਆ। ਗੁਰਸਿੱਖੋ, ਜੇ ਖੰਭਾਂ 'ਚ ਇੰਨੀ ਤਾਕਤ ਹੈ, ਉਹ ਤੀਰਾਂ ਨੂੰ ਉੱਥੇ ਲੈ ਗਏ ਜਿੱਥੇ ਤੀਰਾਂ ਨਾਲ ਲੱਗੇ ਖੰਭ ਵਾਲਾ ਪੰਛੀ ਰਹਿੰਦਾ ਸੀ, ਤੇ ਗੁਰੂ ਕੀ ਬਾਣੀ ਵਿੱਚ ਕਿੰਨੀ ਤਾਕਤ ਹੋਏਗੀ। ਜੇ ਕੋਈ ਬਾਣੀ ਦਾ ਅਭਿਆਸ ਕਰੇ, ਬਾਣੀ ਵੀ ਸਿੱਖ ਦੀ ਰੂਹ ਨੂੰ ਉੱਥੇ ਲੈ ਜਾਂਦੀ ਜਿੱਥੋਂ ਬਾਣੀ ਆਈ ਹੈ। ਮਹਾਰਾਜ, ਬਾਣੀ ਕਿੱਥੋਂ ਆਈ ਹੈ? ਮਹਾਰਾਜ ਕਹਿੰਦੇ, ਬਾਣੀ ਧੁਰ ਤੋਂ ਆਈ ਹੈ। ਧੁਰ ਕੀ ਬਾਣੀ ਆਈ? 3। ਇਸ ਕਰਕੇ ਗੁਰਬਾਣੀ ਦਾ ਅਭਿਆਸ ਕਰੋ। ਜਿਨ੍ਹਾਂ ਜਿਨ੍ਹਾਂ ਨੇ ਬਾਣੀ ਦਾ ਅਭਿਆਸ ਕੀਤਾ, ਉਹਨਾਂ ਦੇ ਹਿਰਦੇ 'ਚ ਬਾਣੀ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਬੰਧਨ ਕੱਟੇ ਗਏ ਆ। ਸੋ ਮਹਾਰਾਜ ਕਿਰਪਾ ਕਰਨ, ਸਾਰੇ ਵਿਸ਼ਵ ਵਿੱਚ ਅੱਜ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ। ਅਰਦਾਸ ਕਰੀਏ, ਮਹਾਰਾਜ ਸਾਡੇ ਹਿਰਦੇ ਵਿੱਚ ਬਾਣੀ ਦਾ ਪ੍ਰਕਾਸ਼ ਹੋਵੇ। ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇੱਕ ਧਰਤੀ ਬਾਹਰ ਦੀ ਹੈ, ਇੱਕ ਧਰਤੀ ਸਾਡਾ ਹਿਰਦਾ ਹੈ, ਇਹ ਵੀ ਸੁਹਾਵਣੀ ਹੋ ਜਾਂਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਮੁੱਚੀਆਂ ਸੰਗਤਾਂ ਦਾ, ਆਪ ਸਾਰਿਆਂ ਸਿੰਘਾਂ ਦਾ ਧੰਨਵਾਦ ਹੈ। ਸਤਿਗੁਰੂ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਆਓ ਪ੍ਰੇਮ ਨਾਲ ਪੰਗਤੀ ਪੜ੍ਹ ਲਓ। ਸੁਣੀ ਸੱਚੀ ਬਾਣੀ, ਸੁਣੀ ਸੱਚੀ ਬਾਣੀ, ਸੁਣੇ ਸੱਚੇ ਬਾਣੀ, ਸੁਣੇ ਸੱਚੀ ਬਾਣੀ, ਦੁੱਖ ਰੋਗ ਸੰਤਾਪ ਉਤਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੇ ਸੱਚੇ ਬਾਣੀ, ਸੁਣੇ ਸੱਚੀ ਬਾਣੀ, ਸੁਣੇ ਗਰੀਬ ਨਿਵਾਜ ਕਿਰਪਾ ਕਰਨ। ਭੁੱਲਾਂ ਦੀ ਮਾਫੀ ਬਖਸ਼ਿਓ। ਹਰ ਰੋਜ਼
ਦੁਪਹਿਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਮੁਖੋ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ। ਸਵੇਰੇ ਜਦੋਂ ਹੁਕਮਨਾਮੇ ਦੀ ਕਥਾ ਆਉਂਦੀ ਉਹ ਵੱਖ ਵੱਖ ਵਿਦਵਾਨ ਆ ਕੇ ਕਰਦੇ ਆ, ਪਰ ਜਿਹੜੀ ਸ਼ਾਮ ਦੀ ਗੁਰ ਇਤਿਹਾਸ ਦੀ ਕਥਾ ਹੁੰਦੀ ਹੈ ਉਹ ਗੁਰੂ ਰਾਮਦਾਸ ਜੀ ਨੇ ਤਰੁੱਠ ਕੇ ਉਹਦੀ ਸੇਵਾ ਦਾਸ ਦੀ ਝੋਲੀ ਵਿੱਚ ਪਾਈ ਹੈ। ਸੋ 4 ਵਜੇ ਤੋਂ ਲੈ ਕੇ 5 ਵਜੇ ਤੱਕ PTC ਸਿਮਰਨ ਦੇ ਉੱਤੇ ਵੀ ਲਾਈਵ ਆਉਂਦੀ ਹੈ ਔਰ SGPC ਯੂਟਿਊਬ ਚੈਨਲ ਦੇ ਉੱਤੇ ਵੀ ਉਹ ਕਥਾ ਲਾਈਵ ਆਉਂਦੀ ਹੈ। 6ਵੇਂ ਪਾਤਸ਼ਾਹ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ, ਹੋਰ ਵੀ ਯੂਟਿਊਬ ਦੇ 5-7 ਚੈਨਲਾਂ ਦੇ ਉੱਤੇ ਉਹ ਕਥਾ ਲਾਈਵ ਆਉਂਦੀ ਹੈ। ਸੋ ਇਹ 2 ਚੈਨਲ ਤਾਂ ਪੱਕੇ ਹੀ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਮੰਦਰ ਸਾਹਿਬ ਦਾ ਜਿਹੜਾ ਚੈਨਲ ਹੈ 4 ਵਜੇ ਤੋਂ ਲੈ ਕੇ 5 ਵਜੇ ਤੱਕ ਉਹਦੇ 'ਤੇ ਵੀ ਉਹ ਕਥਾ ਲਾਈਵ ਆਉਂਦੀ ਹੈ। ਸੋ ਕਥਾ ਵੀ ਸਮੂਹ ਸੰਗਤਾਂ ਸਰਵਣ ਕਰਿਆ ਕਰੋ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।